ਕਰਦੇ ਸੀ ਉਹਦੀ, ਕਿਉਂਕਿ ਕੋਈ ਚਲਾ ਗਿਆ, ਉਹਦੀ ਵਿਚਾਰਧਾਰਾ ਨੂੰ ਆਪਾਂ ਸਾਰੇ ਪਿਆਰ ਕਰਦੇ ਹਾਂ। ਵਿਚਾਰਧਾਰਾ ਕੀ ਸੀ? ਆਪ ਜੀ ਨੇ ਵੇਚੀ ਲਈ ਆ, ਵੀਡੀਓ ਨੇ ਫਿਰਦੀਆਂ। ਵਿਚਾਰਧਾਰਾ ਕੀ ਸੀ? ਕਿ ਸਾਨੂੰ ਕਲਗੀਧਰ ਪਾਤਸ਼ਾਹ ਨੇ ਕੀ ਦਿੱਤਾ ਜੀ? ਕਿਰਪਾਨ ਦਿੱਤੀ ਹੈ। ਸਤਸੰਗ ਦੀ ਬੇਨਤੀ ਹੈ ਜਨਰਲ ਸੈਕਟਰੀ ਵੱਲੋਂ, ਗੁਰੂ ਘਰ ਵੱਲੋਂ, ਕਿ ਤੁਹਾਨੂੰ ਪਤਾ ਹੈ ਮਾਸਕ ਮੈਟਰੀ ਨੇ, ਜ਼ਰੂਰੀ ਨੇ ਮਾਸਕ ਪਾਉਣੇ। ਜਿਹਨਾਂ ਨੇ ਮਾਸਕ ਨਹੀਂ ਪਾਏ ਪਲੀਜ਼ ਉਹ ਦਰਬਾਰ ਤੋਂ ਬਾਹਰ ਜਾ ਸਕਦੇ ਨੇ। ਇੱਕ ਪ੍ਰੋਟੋਕਾਲ ਹੈ, ਸਾਨੂੰ ਵੀ ਫੋਲੋ ਕਰਨਾ ਪੈਣਾ, ਇਸ ਜ਼ਿਆਦਾ ਧਿਆਨ ਦਿਓ, ਬਹੁਤ ਜ਼ਰੂਰੀ ਨੇ। ਮਾਸਕ ਸਾਰੇ ਪਾਸੇ ਰੱਖੋ, ਹਾਲਾਤ ਇਹੋ ਜਿਹੇ ਬਣੇ ਹੋਏ ਨੇ। ਤੋ ਮੈਂ ਜੇ ਸਤਸੰਗ ਦੀ ਬਾਹਰ ਵੀ ਸੰਗਤ ਬੈਠੀ ਹੈ ਨਾ, ਆਵਾਜ਼ ਸੁਣਦੀ ਹੈ, ਪਲੀਜ਼ ਮਾਸਕ ਸਾਰੇ ਪਾ ਲਿਓ, ਇਹ ਬੇਨਤੀ ਹੈ। ਸਤਸੰਗ ਮੈਂ ਸਮਾਪਤੀ ਕਰਾਂ। ਤੋ ਮੈਂ ਆਪਣੀ ਗੱਲ ਕਹਿ ਰਿਹਾ ਸਾਂ, ਵਿਚਾਰਧਾਰਾ ਕੀ ਸੀ ਜੀ? ਖੁਦ ਦਾ ਰਾਜ ਦੇ ਵੀਰ ਨੌਜਵਾਨ ਜੋਤ ਬੈਠਾ ਹੈ, ਖੁਦ ਦਾ ਰਾਜ, ਆਪਣਾ ਦੇਸ਼, ਆਪਣਾ ਮੁਲਕ। ਸਤਸੰਗ ਜੀ ਤੁਹਾਡਾ ਇਕੱਠ ਦੱਸ ਰਿਹਾ ਹੈ ਕਿ ਕੋਈ ਵਿਚਾਰਧਾਰਾ ਨੂੰ ਸਮਰਪਿਤ ਤਾਂ ਤਾਂ ਆਏ ਹੋ ਨਾ ਜੀ। ਆਪਾਂ ਮਿਲੇ ਨੇ ਵੀਰ ਨੂੰ ਸਾਰੇ ਨਾਲ ਦੇਖ ਕੇ, ਆਪਾਂ ਮਿਲੇ ਨੀ ਉਹਦੀ ਵਿਚਾਰਧਾਰਾ ਨੂੰ ਆਪਾਂ ਸਮਰਪਿਤ ਹੈ। ਉਹਦੇ ਸ਼ਹੀਦ ਹੋਣ ਤੋਂ ਥੋੜੇ ਦਿਨ ਪਹਿਲਾਂ ਦੀ ਜਿਹੜੀ ਵੀਡੀਓ ਆਪਾਂ ਵੇਖੀ ਹੈ, ਇੱਕ ਹੱਥ ਵਿੱਚ ਕੀ ਹੈ ਤੇ ਅੱਖਾਂ ਦੇ ਵਿੱਚ ਮਹਾਰਾਜ ਦੀ ਕਿਰਪਾਨ ਹੈ। ਉਸਨੇ ਇਹ ਕਿਹਾ ਕਿ ਸਾਨੂੰ ਕਲਗੀਧਰ ਪਾਤਸ਼ਾਹ ਨੇ ਕੀ ਦਿੱਤਾ ਜੀ? ਸ਼ਮਸ਼ੀਰ, ਕਿਰਪਾਨ। ਹੁਣ ਆਪਾਂ ਉਹ ਫੜਨੀ ਹੈ ਕਿ ਉਹ ਫੜਨਾ, ਵਿਚਾਰ ਆਪਣਾ ਅਗਲਾ ਆਪੋ ਆਪਣਾ। ਮੈਂ ਉਹਦੇ ਵਿਚਾਰ ਤੁਹਾਨੂੰ ਬੇਨਤੀ ਕਰ ਰਿਹਾ, ਉਹਦੀ ਵਿਚਾਰਧਾਰਾ ਸੀ, ਸੰਕਲਪ ਸੀ, ਆਪਣਾ ਮੁਲਕ, ਆਪਣਾ ਰਾਜ, ਆਪਣਾ ਦੇਸ਼, ਜਿੱਥੇ ਅਸੀਂ ਵੀ ਆਜ਼ਾਦੀ ਦਾ ਨਿੱਘ ਮਾਣ ਸਕੀਏ। ਤੇ ਮੈਂ ਬੇਨਤੀ ਕਰਾਂ ਆਪਣੇ ਵੀਰਾਂ ਨੂੰ, ਆਪਣੇ ਯੂਥ ਨੂੰ, ਬੱਚੀਆਂ ਨੂੰ, ਭੈਣਾਂ ਨੂੰ, ਭਾਈ, ਅਸਲ ਵਿੱਚ ਸਾਡਾ ਉਹਨਾਂ ਪਿਆਰ ਤਾਂ ਹੀ ਉਹ ਹੈ। ਇੱਕ ਦੀਪ ਸੀ, ਉਹ ਦੀਪ ਚਲਾ ਗਿਆ, ਪਰ ਮੈਂ ਬੇਨਤੀ ਕਰਾਂ ਲੱਖਾਂ ਦੀਪ ਉਹ ਜਗਾ ਗਿਆ। ਇੱਕ ਦੀਪ ਚਲਾ ਗਿਆ, ਲੱਖਾਂ ਦੀਪ ਜਗਾ ਗਿਆ, ਤੁਹਾਡਾ ਉਹ ਪਿਆਰ, ਤੁਹਾਡਾ ਇਕੱਠ ਦੱਸ ਰਿਹਾ ਹੈ। ਮਰ ਕੋਈ ਇਹ ਸੰਸਥਾ, ਕੋਈ ਇਹ ਏਜੰਸੀ, ਕੋਈ ਇਹ ਸਰਕਾਰ ਸੋਚੇ ਅਸੀਂ ਇੱਕ ਦੀਪ ਨੂੰ ਖਤਮ ਕਰ ਦਿੱਤਾ, ਸਾਡੇ ਵਿਚਾਰਧਾਰਾ ਨੂੰ ਖਤਮ ਕਰ ਦਿੱਤਾ। ਮੈਂ ਬੇਨਤੀ ਕਰਾਂ ਵਿਚਾਰਧਾਰਾ ਖਤਮ ਨਹੀਂ ਹੋਈ, ਇੱਕ ਦੀਪ ਤੇ ਜਾਣ ਦੇ ਨਾਲ ਲੱਖਾਂ ਦੀਪ ਜਗੇ ਨੇ, ਇਹ ਵਿਚਾਰਧਾਰਾ ਅੱਗੇ ਨਾਲ ਜ਼ਿਆਦਾ ਪ੍ਰਚੰਡ ਹੋਈ ਹੈ। ਇਤਨੀਆਂ ਬੇਨਤੀਆਂ ਪ੍ਰਵਾਨ ਜੀ ਭੁੱਲਾ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਗੁਰੂ। ਗੁਰੂ ਗੁਰੂ ਦੇ ਚਰਨਾਂ ਦੇ ਵਿੱਚ ਬੈਠੀ ਗੁਰੂ ਸਾਹਿਬ ਸਿੰਘ ਜੀ, ਗੁਰੂ ਬਖਸ਼ੀ ਫਤਿਹ ਦੀ ਸਾਂਝ ਗੱਜ ਵਿੱਚ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਭਾਈ ਸਾਹਿਬ ਨੇ ਜਿਵੇਂ ਜੋ ਬਚਨ ਸਾਂਝੇ ਕੀਤੇ ਹਨ ਕਿ ਕੋਵਿਡ ਦੀਆਂ ਜੋ ਲਿਮਿਟੇਸ਼ਨ ਹਨ ਉਹਦੇ ਹੋਣ ਦੇ ਬਾਵਜੂਦ ਵੀ, ਤੇ ਮੈਂ ਸੱਚੀ ਗੱਲ ਕਹਾਂ ਲੰਗਰ ਦੇ ਹੋਣ ਦੇ ਬਾਵਜੂਦ ਵੀ ਜਿਹੜੀ ਸੰਗਤ ਨੇ ਇੱਥੇ ਹਾਜ਼ਰੀ ਭਰੀ ਹੈ ਉਹ ਗੁਰੂ ਸ਼ਬਦ ਅਤੇ ਸਿੱਖ ਕੌਮ ਦੇ ਪਿਆਰ ਦਾ ਪ੍ਰਤੀਕ ਹੈ। ਸਾਨੂੰ ਇਸ ਗੱਲ ਤੇ ਆਪਣੇ ਆਪ ਤੇ ਮਾਣ ਹੋਣਾ ਚਾਹੀਦਾ ਹੈ ਕਿ ਦੁਸ਼ਮਣ ਦਾ ਜਿੱਡਾ ਮਰਜ਼ੀ ਜ਼ੋਰ ਲੱਗਿਆ ਹੋਵੇ ਪਰ ਗੁਰੂ ਸਾਹਿਬ ਦੀ ਅਸੀਸ ਦੇ ਨਾਲ ਜੋ ਸਿੱਖ ਦੇ ਵਿੱਚ ਜਜ਼ਬਾ ਹੈ ਉਹ ਕਦੇ ਖਤਮ ਨਹੀਂ ਕੀਤਾ ਜਾ ਸਕਦਾ। ਅੱਜ ਦਾ ਦਿਹਾੜਾ ਇਸ ਗੁਰੂ ਘਰ ਵਾਸਤੇ ਜਾਂ ਆਮ ਸਾਰੀ ਸੰਗਤ ਵਾਸਤੇ ਕਈ ਗੱਲਾਂ ਲਈ ਖਾਸ ਹੈ। ਇੱਕ ਤੇ ਇਸ ਗੁਰੂ ਘਰ ਦੇ ਵਿੱਚ ਇਹ ਇਮਾਰਤ ਸੀਗੀ 7 ਸਾਲ ਪਹਿਲਾਂ, ਅੱਜ ਦੇ ਦਿਨ ਇੱਥੇ ਗੁਰੂ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਹੋਏ, ਪ੍ਰਕਾਸ਼ ਹੋਇਆ, ਇਹ ਗੁਰੂ ਘਰ ਬਣਿਆ। 7 ਸਾਲ ਇਸ ਇਮਾਰਤ ਨੂੰ ਬਣੇ ਹੋ ਗਏ ਹਨ। ਸੋ ਇਸ ਗੱਲ ਵਾਸਤੇ ਜਿਹੜੇ ਮੇਰੇ ਵੀਰ, ਮੇਰੀ ਭੈਣਾਂ, ਉਹ ਪਰਿਵਾਰ ਜਿਨ੍ਹਾਂ ਨੇ ਸੇਵਾ ਕੀਤੀ ਤੇ ਗੁਰੂ ਦੀ ਅਸੀਸ ਹਮੇਸ਼ਾ ਉਹਨੂੰ ਮਿਲੀ ਰਹੇ, ਸੰਗਤ ਦਾ ਪਿਆਰ, ਸੰਗਤ ਵਿੱਚ ਆਪਸੀ ਪਰਸਪਰ ਪਿਆਰ ਤੇ ਗੁਰੂ ਦੀ ਜੋ ਜੀਵਨ ਜਾਂਚ ਹੈ, ਗੁਰੂ ਦਾ ਆਸ਼ਾ ਹੈ, ਉਹ ਸਾਡੇ 'ਚ ਪੈਦਾ ਹੁੰਦਾ ਰਹੇ। ਦੂਸਰਾ, ਜੋ ਨਨਕਾਣਾ ਸਾਹਿਬ ਦੇ ਸ਼ਹੀਦ ਹਨ ਉਹਨਾਂ ਨੂੰ ਪ੍ਰਣਾਮ ਹੈ। ਆਪਣੇ ਗੁਰੂ ਘਰਾਂ ਤੇ ਆਪਣੇ ਗੁਰੂ ਦੀ ਜੋ ਸਿੱਖਿਆ ਹੈ ਉੱਤੇ ਉਹਨਾਂ ਨੇ ਫੁੱਲ ਚੜਾਏ, ਬਹੁਤ ਹੀ ਸ਼ਹਾਦਤਾਂ ਹੋਈਆਂ, ਸੋ ਉਹਨਾਂ ਨੂੰ ਵੀ ਯਾਦ ਕਰਦੇ ਹਾਂ। ਪਰ ਜੋ ਅੱਜ ਦਾ ਸੰਗਤ ਇਕੱਠ ਹੈ ਉਹ ਦੱਸਦਾ ਹੈ ਕਿ ਆਪਾਂ ਸਾਰੇ ਸੰਦੀਪ ਸਿੰਘ ਸਿੱਧੂ ਜਾਂ
ਜਾਂ ਦੀਪ ਸਿੰਘ ਸਿੱਧੂ ਜਿਨ੍ਹਾਂ ਕਰਕੇ ਆਪਾਂ ਸਾਰੇ ਜਾਣਦੇ ਹਾਂ, ਉਹਨਾਂ ਦੀ ਜੋ ਸਰੀਰ ਵਿਛੋੜਾ ਹੋਇਆ ਹੈ, ਉਹਨਾਂ ਦੀ ਜੋ ਜੀਵਨ ਦੇ ਵਿੱਚ ਇੱਕ ਟਾਰਗੇਟ ਸੀਗਾ ਜਾਂ ਉਹਨਾਂ ਦੀ ਜੀਵਨ ਦੇ ਵਿੱਚ ਜੋ ਇੱਕ ਖਿੱਚ ਸੀਗੀ ਸਿੱਖੀ ਤੇ ਜੋ ਆਪਣੀ ਪਹਿਚਾਣ ਤੇ ਆਪਣੀ ਹੱਕਾਂ ਵਾਸਤੇ ਜੋ ਉਹਨੇ ਆਵਾਜ਼ ਉਠਾਈ, ਉਹਨੂੰ ਜਾਗਦੀ ਰੱਖਣ ਵਾਸਤੇ, ਉਹਨੂੰ ਪੜ੍ਹਦੀ ਰੱਖਣ ਵਾਸਤੇ ਆਪਾਂ ਇਕੱਠੇ ਹੋਏ ਹਾਂ। ਗੁਰੂ ਨੇ ਅਸੀਸ ਬਖਸ਼ੀ, ਗੁਰੂ ਦਾ ਸ਼ਬਦ ਵੱਡਾ ਹੈ। ਜੇ ਗੁਰੂ ਦੇ ਸ਼ਬਦ ਦੇ ਅੱਗੇ ਅਰਦਾਸ ਕਰੀਏ, ਗੁਰੂ ਦੇ ਅੱਗੇ ਅਰਦਾਸ ਕਰੀਏ ਤਾਂ ਗੁਰੂ ਜੀ ਦਾ ਘੱਟ ਮਿਲਣ ਹੁੰਦਾ। ਲੋਕ ਯੋਧੇ ਸਰੀਰ ਕਰਕੇ ਚਲੇ ਜਾਂਦੇ ਹਨ, ਪਰ ਉਹਨਾਂ ਦੀ ਜੋ ਜੋ ਉਹਨਾਂ ਦਾ ਕਮਾਈ ਹੁੰਦੀ ਹੈ ਉਹ ਸੰਗਤ ਦੇ ਵਿੱਚ ਹਮੇਸ਼ਾ ਵਰਤਦੀ ਹੈ, ਗੁਰੂ ਦੀ ਸੀਸ ਮਿਲਦੀ ਹੈ। ਸਤਿ ਸ੍ਰੀ ਅਕਾਲ ਜੀ, ਮੇਰੇ ਕੋਲ ਦੋ ਚਾਰ ਜੋ ਬੁਲਾ ਰਿਹਾ ਉਹਨਾਂ ਦੀ ਬੇਨਤੀ ਆਈ ਸੀ, ਉਹਨਾਂ ਨੇ ਖਾਸ ਕਰਕੇ ਮਿਹਨਤ ਕੀਤੀ ਸੀ ਕਿ ਅਸੀਂ ਗੁਰੂ ਦੇ ਹਰ ਦਿਨ ਵਿੱਚ ਸੰਗਤ ਦੇ ਚਰਨ ਪਸਰੇ ਹਨ ਤੇ ਬਹੁਤ ਸਮਾਂ ਥੋੜਾ ਹੈ, ਤੇ ਮੈਂ ਇੱਕ ਦੋ ਬੇਨਤੀ ਖਾਸ ਕਰਦੇ ਹਾਂ ਕਿਸ ਨੂੰ ਸਟੇਜ ਨੂੰ ਤੋਂ ਪਹਿਲਾਂ। ਇੱਕ ਤੇ ਸਤਸੰਗ ਜੀ ਜਿਹੜੇ ਮੇਰੇ ਵੀਰਾਂ ਨੇ ਆਉਣਾ ਹੈ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ, ਪਲੀਜ਼ ਸਿਰਫ ਵੀਰ ਦੇ ਜੀਵਨ ਬਾਰੇ ਹੀ ਗੱਲ ਕਰਨੀ ਹੈ, ਕਿਸੇ ਪੋਲੀਟੀਕਲ ਬਾਰੇ ਪਾਰਟੀ ਬਾਰੇ ਨਹੀਂ ਗੱਲ ਕਰਨੀ ਆਪਾਂ, ਕਿਉਂਕਿ ਇਹ ਜੋ ਸਮਾਂ ਇੱਕ ਸੋਚ ਨੂੰ ਕਾਇਮ ਕਰਨਾ ਹੈ। ਮੈਂ ਨਹੀਂ ਚਾਹੁੰਦਾ ਕਿ ਅਸੀਂ ਇੱਥੋਂ ਆਪਸੀ ਵਖਰੇਵੇਂ ਜਾਂ ਆਪਸੀ ਕੋਈ, ਕਿਉਂਕਿ ਹਰੇਕ ਦੀ ਆਪਣੀ ਪ੍ਰੈਫਰੈਂਸ ਹੁੰਦੀ ਹੈ, ਮੈਂ ਨਹੀਂ ਚਾਹੁੰਦਾ। ਸੋ ਇੱਕ ਸੋਚ ਦੀ ਗੱਲ ਕਰਨੀ ਹੈ, ਦੂਜਾ ਗੁਰ ਸ਼ਬਦ ਤੋਂ ਬਾਹਰ ਨਹੀਂ ਜਾਣਾ। ਹਾਂ, ਸਮਾਜਿਕ ਸੰਸਾਰਿਕ ਗੱਲ ਤੁਸੀਂ ਕਰ ਸਕਦੇ ਹੋ, ਪਰ ਕੋਸ਼ਿਸ਼ ਕਰਿਓ ਕਿ ਅਸੀਂ ਇੱਕ ਦੂਜੇ ਪ੍ਰਤੀ ਗੱਲ ਨਹੀਂ ਕਰਨੀ ਤੇ ਗੁਰ ਸ਼ਬਦ ਦੀ ਗੱਲ ਕਰਨੀ ਹੈ, ਤੇ ਵੀਰ ਦੀ ਜੀਵਨ ਦੀ ਜੋ ਉਦੇਸ਼ ਸੀਗਾ ਆਪਾਂ ਉਹਨੂੰ ਜ਼ਰੂਰ ਸੁਣਨਾ ਹੈ। ਸੋ ਮੇਰੇ ਕੋਲ ਵੀਰ ਦਲਬਖਸ਼ ਦਾ ਨਾਮ ਆਇਆ ਸੀਗਾ, ਉਹ ਜੇ ਲਾਗੇ ਹਨ ਉਹ ਮੇਰੇ ਕੋਲ ਆ ਜਾਣ। ਉਸ ਤੋਂ ਉਪਰੰਤ ਵੀਰ ਸੁਖਜੀਤ ਸਿੰਘ ਜੀ ਹਨ, ਇੱਕ ਮੇਰੀ ਭੈਣ ਸਿਮਰਨਜੀਤ ਕੌਰ ਜੀ, ਸਿਮਰਨ ਕਰਕੇ ਨਾਮ, ਮੇਰੀ ਭੈਣ ਦਾ ਨਾਮ ਆਇਆ ਸੀਗਾ ਜੀ, ਉਹ ਵੀ ਲਾਗੇ ਹਨ ਮੇਰੇ ਪਿੱਛੇ ਆ ਕੇ ਬਹਿ ਜਾਣ। ਸਾਡੇ ਕੋਲ 2 ਮਿੰਟ ਸਮਾਂ ਹੈ, 2 ਮਿੰਟ ਸਮਾਂ ਲੈਣਾ ਹੈ। ਮੈਂ ਬੇਨਤੀ ਕਰਦਾ ਵੀਰ ਦਲਬਖਸ਼ ਸਿੰਘ ਉਸ ਸਟੇਜ ਤੇ ਆਉਣ, ਉਸ ਤੋਂ ਉਪਰੰਤ ਵੀਰ ਸੁਖਜੀਤ ਸਿੰਘ ਜੀ, ਤੇ ਉਸ ਤੋਂ 5 ਮੇਰੀ ਭੈਣ ਉਹ ਹੈ ਲਾਗੇ, ਉਸ ਤੋਂ ਉਪਰੰਤ ਵੀਰ ਪ੍ਰਭਜੋਤ ਸਿੰਘ ਜੀ ਜੇ ਉਹ ਵੀ ਲਾਗੇ ਹਨ ਉਹ ਆ ਜਾਣ, ਉਹ ਮੇਰੇ ਪਿੱਛੇ ਬਹਿ ਜਾਣ, ਕਿਉਂਕਿ ਸਮਾਂ ਥੋੜਾ ਹੈ, ਆਪਾਂ ਦਰੀਬ ਦੇ ਵਿੱਚ ਗੱਲ ਕਰਨੀ ਹੈ ਪਰ ਗੱਲ ਕਰਨੀ ਹੈ ਧੁਰ ਮੱਤ। ਸੋ ਮੈਂ ਸਮਾਂ ਦੇਵਾਂਗਾ ਵੀਰ ਦਲਵਾਗ ਸਿੰਘ ਜੀ। ਵਾਹਿਗੁਰੂ ਜੀ ਦਾ ਖਾਲਸਾ, ਸ੍ਰੀ ਵਾਹਿਗੁਰੂ ਜੀ ਦੀ ਫਤਿਹ। ਜੇ ਸੱਚ ਪੁੱਛੋ ਤਾਂ ਬੋਲਣ ਨੂੰ ਕੁਛ ਵੀ ਹੈ ਨਹੀਂ, ਉਹਦੇ ਸ਼ਬਦਾਂ ਤੋਂ ਉੱਪਰ ਸਭ ਕੁਛ ਖਤਮ ਆ। ਜਿਹੋ ਜਿਹੀ ਵੱਡੀ ਉਹ ਸ਼ਖਸੀਅਤ, ਜਿਹੋ ਜਿਹੀ ਵੱਡੀ ਉਹ ਰੂਹ ਹੋਈ ਆ, ਤੇ ਮੈਂ ਤੁਹਾਡਾ ਸਾਰੀਆਂ ਸੰਗਤਾਂ ਦਾ ਤੇ ਸਪੈਸ਼ਲੀ ਇਸ ਗੁਰੂ ਘਰ ਦਾ ਧੰਨਵਾਦ ਕਰਦਾ, ਜਿਨ੍ਹਾਂ ਨੇ ਇਸ ਦਰਦ ਨੂੰ, ਇਸ ਮੌਕੇ ਨੂੰ ਅਹਿਮ ਸਮਝਿਆ ਹੋਇਆ ਸਾਨੂੰ ਸਾਰਿਆਂ ਨੂੰ ਇਕੱਠਾ ਕੀਤਾ। ਮੈਂ ਗੱਲਾਂ ਬਹੁਤ ਜ਼ਮੀਨੀ ਲੈਵਲ ਦੀਆਂ ਤੇ ਬੇਸਿਕ ਗੱਲਾਂ ਤੁਹਾਨੂੰ ਕਰਨੀਆਂ, ਸੋ ਨਵੀਆਂ ਧਾਰਨਾ ਨਹੀਂ ਮੈਂ ਦੇਣੀਆਂ, ਜੋ ਤੁਹਾਨੂੰ ਬਿਲਕੁਲ ਜੋ ਸਾਡਾ ਹੁਣੇ ਕਰੰਟ ਬੀਤਿਆ ਮੈਂ ਉਹ ਤੇ ਗੱਲ ਕਰਕੇ ਸਿਰਫ ਆਪਣੀ ਗੱਲ ਖਤਮ ਕਰ ਦੇਣੀਆਂ। ਦੀਪ ਸਿੱਧੂ ਇੰਨਾ ਕੁ ਡੂੰਘਾ ਬੰਦਾ ਸੀ, ਸ਼ਾਇਦ ਉਹਨੂੰ ਸਮਝਣ ਨੂੰ ਅਜੇ ਸਾਨੂੰ ਕਈ ਸਾਲ ਹੋਰ ਲੱਗ ਜਾਣ, ਕਿਉਂਕਿ ਉਸ ਇਨਸਾਨ ਨੇ ਜਿਹੜੀਆਂ ਵੀ ਗੱਲਾਂ ਕੀਤੀਆਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਉਹਨਾਂ ਦੀ ਕੋਈ ਮਿਸਾਲ ਨਹੀਂ ਹੈਗੀ। ਉਹ ਕੀ ਚਾਹੁੰਦਾ ਸੀ ਕਿ ਸਾਡੀ ਸਟੇਟ ਨੂੰ, ਪੰਜਾਬ ਨੂੰ ਬਰਾਬਰ ਦੇ ਹੱਕ ਮਿਲਣ, ਸਭ ਕੁਛ ਮਿਲੇ, ਲੋਕ ਚੰਗੇ ਤਰੀਕੇ ਨਾਲ ਜੀਉਣ। ਉਹਨੇ ਕਿਤੇ ਵੀ ਕੋਈ ਪਾੜ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਕੋਈ ਵੀਡੀਓ ਦਿਖਾ ਦਿਓ, ਪਰ ਉਹਨੇ ਲੋਕਾਂ ਨੂੰ ਚਾਨਣ ਕੀਤਾ ਵੀ ਤੁਸੀਂ ਆਹ ਚੀਜ਼ ਤੇ ਖੜੇ ਆ ਤੇ ਇਸ ਚੀਜ਼ ਤੇ ਆਓ। ਉਹਨੇ, ਮੈਂ ਇੱਕ ਮੁੱਦੇ ਦੀ ਸਿਰਫ ਗੱਲ ਕਰਦਾ, ਉਹਨੇ ਵੈਸੇ ਤਾਂ ਮੁੱਦੇ ਬਹੁਤ ਚੁੱਕੇ ਆ, ਉਹਨੇ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ, ਬਹੁਤ ਅਹਿਮ ਮੁੱਦਾ ਵਾ, ਲੋਕ ਇਸ ਤੇ ਗੱਲ ਕਰਨੀ ਨਹੀਂ ਚਾਹੁੰਦੇ, ਕੋਈ ਲੀਡਰ ਨਹੀਂ ਗੱਲ ਕਰਨੀ ਚਾਹੁੰਦਾ, ਜਦਕਿ ਸਭ ਤੋਂ ਅਹਿਮ ਮੁੱਦਾ ਸਾਡਾ ਪੰਜਾਬ ਦਾ ਪਾਣੀ ਆ। ਸਾਡੇ ਜਿਹੜੇ ਪਾਣੀ ਆ ਉਹ ਦੂਜੀ ਸਟੇਟ ਯੂਜ ਕਰ ਰਹੇ ਆ ਤੇ ਪਰ ਸਾਨੂੰ ਉਹਦਾ ਕੁਛ ਨਹੀਂ ਮਿਲ ਰਿਹਾ, ਸਾਡੀ ਆਪਣੀ ਜਿਹੜੀ ਧਰਤੀ ਉਹ ਬੰਜਰ ਹੋ ਰਹੀ ਆ। ਜੇ ਉਹ ਪਾਣੀ ਪੰਜਾਬ ਦੇ ਪਾਣੀ ਪੰਜਾਬ ਨੂੰ ਮਿਲਣ, ਇਹ ਦੱਸੋ ਕਿ ਉਹਦੇ ਵਿੱਚ ਇਕੱਲਾ ਇੱਕ ਸਿੱਖ ਕੌਮ ਦਾ ਹੀ ਭਲਾ ਹੋਣਾ ਜਾਂ ਕਿਸੇ ਹੋਰ ਦਾ ਹੋਣਾ। ਪੰਜਾਬ 'ਚ ਸਾਰੀਆਂ ਕਮਿਊਨਿਟੀਆਂ ਵੱਸਦੀਆਂ, ਸਾਰੇ ਲੋਕ ਧਰਮਾਂ ਦੇ ਵੱਸਦੇ ਆ, ਜੇ ਉਹ ਪਾਣੀ ਅਸੀਂ ਦੂਜੀਆਂ ਸਟੇਟਾਂ ਨੂੰ ਵੇਚਦੇ ਹਾਂ ਜਾਂ ਉਹ ਤੋਂ ਕੋਈ ਵੀ ਬਿਜ਼ਨਸ ਕਰਦੇ ਹਾਂ, ਉਹ ਸਾਨੂੰ ਮਿਲਣਾ ਸਾਡੇ ਕੋਲ ਬਹੁਤ ਵੱਡਾ ਸੋਰਸ ਖੋਹ ਕੇ ਦੂਜੀਆਂ ਸਟੇਟਾਂ ਨੂੰ ਦਿੱਤਾ, ਇੱਕ ਧੱਕਾ ਵਾ। ਦੀਪ ਸਿੰਘ ਨੇ ਸਪੈਸ਼ਲ ਜਿਹੜੀ ਗੱਲ ਕੀਤੀ ਸੀ ਪਰ ਦੁਨੀਆਂ ਨੂੰ ਰੜਕਦੀ ਆ। ਉਸ ਬੰਦੇ ਨੇ ਸਾਨੂੰ ਇੰਨਾ ਕੁ ਵੱਡਾ ਇੱਕ ਦੇਤਾ ਵੀ ਠੰਮਾ ਰੱਖਣ ਦੀ ਗੱਲ, ਜਾਂ ਕਿ ਇੱਕ ਆਪਣੇ ਸਟੈਂਡ ਦੱਸਿਆ ਵੀ ਲੋਕਾਂ ਨੂੰ ਸਟੈਂਡ ਕੀ ਹੁੰਦਾ, ਉਸ ਇਨਸਾਨ ਨੇ ਸਟੈਂਡ ਦਾ ਮਤਲਬ ਸਮਝਾ ਕੇ ਗਿਆ। ਦੇਖੋ ਉਹ ਬੰਦਾ
ਕਿੱਥੋਂ ਤੁਰਿਆ, ਕਿੱਥੇ ਪਹੁੰਚਿਆ। 26 ਜਨਵਰੀ ਨੂੰ ਉਸ ਇਨਸਾਨ ਨੇ ਇੱਕ ਝੰਡਾ ਲਾਤਾ, ਜਿਹੜੀ ਜਿਹੜੀ ਕੋਈ ਕੋਈ ਕਤਾਈ ਨਹੀਂ, ਕੋਈ ਗਲਤੀ ਨਹੀਂ, ਕੋਈ ਕੁਛ ਨਹੀਂ। ਉਸ ਬੰਦੇ ਨੂੰ ਪਤਾ ਨਹੀਂ ਅਣਗਿਣਤ ਲੋਕਾਂ ਨੇ ਗਦਾਰ ਗਿਆ। ਉਸ ਬੰਦੇ ਦਾ ਗ੍ਰਾਫ ਬਿਲਕੁਲ ਮਿੱਟੀ ਕਰਤਾ, ਜੀਰੋ ਕੈਰੀਅਰ ਸਭ ਕੁਛ ਤਬਾਹ ਕਰਤਾ। ਜੇ ਤੇਰਾ ਇਸ ਮਾਰੇ ਦੀ ਕਿਰਪਾ ਹੋਵੇ, ਉਹ ਕਦੇ ਮਿੱਟੀ ਨਹੀਂ ਹੋ ਸਕਦਾ। ਇਹ ਸਾਰੇ ਇਮਤਿਹਾਨ ਹੁੰਦੇ ਆ, ਪਰ ਸਾਡੇ ਚੋਂ ਇੱਥੇ ਗਿਣਤੀ ਬਹੁਤ ਬੈਠੀ ਹੋਊਗੀ। ਮੈਂ ਕਿਸੇ ਨੇ ਇਲਜ਼ਾਮਬਾਜ਼ੀ ਨਹੀਂ ਕਰਦਾ, ਸਿਰਫ ਇਹਦਾ ਦੱਸੂਗੇ ਮੈਂ ਗੱਲ ਕਿਉਂ ਕਰ ਰਿਹਾ। ਸਾਡੇ ਚੋਂ ਬਹੁਤ ਲੋਕਾਂ ਨੇ ਗਦਾਰ ਕਹਿਤਾ, ਆਹ ਕਹਿਤਾ, ਉਹ ਕਹਿਤਾ, ਹੈ ਨਾ। ਕੋਈ ਗੱਲ ਨਹੀਂ, ਚਲੋ ਆਪਣੀ ਸੋਝੀ ਆ, ਪਰ ਅਸੀਂ ਵੀ ਉਹਨਾਂ ਚ ਲੋਕ ਇਸ ਨਾਲ ਖੜੇ ਰਹੇ ਹਾਂ। ਮੈਂ ਆਪਣੀ ਵਡਿਆਈ ਕਰਨ ਨੂੰ ਨਹੀਂ ਖੜਾ। ਲੋਕ ਵਰਤਣ ਨੂੰ ਹਟ ਗਏ, ਕੱਲ੍ਹ ਵੀ ਕਹਿੰਦਾ ਆਇਆ ਲੋਕ ਪਰਿਵਾਰਾਂ ਚੋਂ ਹਟ ਗਏ, ਬਾਈ ਤੁਸੀਂ ਬੰਦੇ ਗਲਤ ਆ, ਤੁਸੀਂ ਗਲਤ ਪਾਸੇ ਲੈ ਕੇ ਜਾ ਰਹੇ ਹੋ ਸਾਰੀ ਗੱਲ ਨੂੰ। ਫਿਰ ਉਸ ਬੰਦੇ ਨੇ ਕਿੰਨਾ ਉਹਦੇ ਨਾਲ ਮਾੜਾ ਵਤੀਰਾ ਹੋਇਆ, ਕਿੱਥੋਂ ਡਿੱਗਿਆ, ਮਿੱਟੀ ਮਲਾਤਾ। ਅੱਜ ਇਨਸਾਨ ਦੱਸੋ ਮਿੱਟੀ ਚ ਆ। ਅੱਜ ਉਹਦੀ ਲੋਕ ਸਵਾਹ ਚੱਕ ਚੱਕ ਕੇ ਆਪਣੇ ਘਰਾਂ ਨੂੰ ਲੈ ਕੇ ਜਾਣ ਡੇ, ਮੱਥਿਆਂ ਨੂੰ ਲਾਉਣ ਡੇ ਆ। ਇਹ ਦੱਸੋ ਕਿੱਡੀ ਵੱਡੀ ਸਬੂਤ ਦਿੱਤਾ ਉਹਨੇ ਆਪਣਾ। ਸੋ ਮੇਰਾ ਕਹਿਣ ਦਾ ਮਤਲਬ ਇਹ ਆ, ਕੋਈ ਵੀ ਬੰਦਾ ਚੰਗਾ ਕੰਮ ਕਰਦਾ, ਕਿਸੇ ਵੀ ਉਹ ਰੂਪ ਚ ਹੈਗਾ, ਚਾਹੇ ਉਹਦੇ ਵਾਲ ਕੱਟੇ ਜਾਂ ਨਹੀਂ ਕੱਟੇ, ਜਾਂ ਕਿਸੇ ਵੀ ਪਰਮਾਤਮਾ ਦੀ ਕਿਰਪਾ ਗੁੱਸ ਗਈ ਹੈਗਾ, ਉਹਦਾ ਸਾਥ ਦਿਆ ਕਰੋ। ਵਿਰੋਧ ਉਹਦੇ ਰੂਪ ਦਾ ਨਾ ਕਰਨ ਲੱਗ ਪਿਆ, ਗੁਰੂ ਦੀਆਂ ਗੱਲਾਂ ਦਾ ਨਾ ਕਰਨ ਲੱਗ, ਗੁਰੂ ਦੀ ਡੰਗਾ ਖਿੱਚ ਜਾਇਆ ਕਰੋ ਕਿ ਵਾਕਈ ਉਹ ਸਮਾਜ ਨੂੰ ਦੇ ਸਕਦਾ ਸੀ। ਅਸੀਂ ਮਰਨ ਤੋਂ ਬਾਅਦ ਮੇਲੇ ਲਾਉਂਦੇ ਹਾਂ, ਕੈਂਡਲ ਮਾਰਚ ਕਰਦੇ ਹਾਂ, ਬਹੁਤ ਕੁਛ ਕਰਨਾ, ਸਾਰਾ ਕੁਛ ਚੱਲਦਾ ਰਹਿਣਾ, ਪਰ ਉਹ ਇਨਸਾਨ ਨਹੀਂ ਕਦੇ ਮੁੜਨਾ। ਜੇ ਉਹ ਇਨਸਾਨ ਨੂੰ ਮੋੜ ਨਹੀਂ ਸਕਦੇ, ਘੱਟੋ ਘੱਟ ਉਹਦੀ ਸੋਚ ਨੂੰ ਅੱਗੇ ਲੈ ਕੇ ਜਾਓ। ਤੁਹਾਡੇ ਚੋਂ ਦੀਪ ਸਿੱਧੂ ਹੋਰ ਉੱਠਣਗੇ, ਹੋਰ ਵੱਡੇ ਕਿਰਦਾਰ ਉੱਠਣਗੇ, ਪਰ ਗੱਲ ਆ ਉਹਨੂੰ ਸਾਂਭਣ ਦੀ। ਅਸੀਂ ਉਹਨਾਂ ਨੂੰ ਕਿੰਨਾ ਕੁ ਰਿਸਪੈਕਟ ਕਰਦੇ ਹਾਂ, ਕਿੰਨੀ ਕੁ ਉਹਨਾਂ ਦੇ ਵਿਚਾਰ ਨੂੰ ਕਿੰਨਾ ਕੁ ਅੱਗੇ ਚੁੱਕਦੇ ਹਾਂ। ਜੇ ਅਸੀਂ ਉਹਨਾਂ ਦੇ ਵਿਚਾਰ ਨੂੰ ਅੱਗੇ ਚਲਾਉਣੇ, ਅੱਜ ਆਪਾਂ ਗੱਲਾਂ ਕਰਕੇ ਆਪਣੇ ਘਰ ਨੂੰ ਚੱਲ ਗਏ, ਸੌਂ ਗਏ, ਜਾ ਕੇ ਭੁੱਲ ਗਿਆ ਕੌਣ ਸੀ ਦੀਪ ਸਿੱਧੂ, ਇਸ ਚੀਜ਼ ਦਾ ਕੋਈ ਫਾਇਦਾ ਨਹੀਂ ਹੋਣਾ। ਸੋ ਮੈਂ ਜ਼ਿਆਦਾ ਨਹੀਂ ਕਹਿਣਾ, ਸਿਰਫ ਇਹੀ ਬੇਨਤੀਆਂ ਕਰਦਾ, ਕੋਈ ਵੀ ਸ਼ਹੀਦ ਆ, ਕੋਈ ਵੀ ਯੋਧਾ ਵਾ, ਕੋਈ ਵੀ ਕਿਸੇ ਤਰੀਕੇ ਦਾ ਜਿਹਨੇ ਸਮਾਜ ਲਈ, ਮਨੁੱਖਤਾ ਲਈ, ਕੌਮ ਲਈ, ਦੇਸ਼ ਲਈ, ਸਾਡੇ ਪੰਜਾਬ ਲਈ ਕੋਈ ਵੀ ਕੰਮ ਕਰਦਾ, ਚੰਗੇ ਰੂਪ ਚ ਕਰਦਾ, ਸਤਿਕਾਰ ਕਰਿਆ ਕਰੋ, ਸਾਥ ਦਿਆ ਕਰੋ। ਜੇ ਆਪਾਂ ਹਰ ਟਾਈਮ ਤੇ ਇੱਕ ਦੂਜੇ ਦੀਆਂ ਲੱਤਾਂ ਖਿੱਚੀ ਜਾਵਾਂਗੇ, ਆਪਾਂ ਬਹੁਤ ਥੱਲੇ ਚੱਲ ਜਾਵਾਂਗੇ। ਅੱਗੇ ਆਪਾਂ ਗਿਣਤੀ ਚ ਬਹੁਤ ਥੋੜੇ ਹਾਂ, ਸਾਨੂੰ ਅੱਗੇ ਧੱਕਾ ਹੋ ਰਿਹਾ, ਸਰਕਾਰਾਂ ਕਰ ਰਹੀਆਂ, ਤੁਹਾਨੂੰ ਸਾਰਾ ਕੁਛ ਪਤਾ। ਸੋ ਇਹ ਡਿਫਰੈਂਟ ਨਸ਼ਾ ਵਾ, ਪਰ ਦੀਪ ਸਿੱਧੂ ਨੇ ਇਸ ਵਾਰੀ ਜਿਹੜੀ ਚੰਗਿਆਲੀ ਜਿਹੜੀ ਸਿੱਟੀ ਆ, ਉਹ ਬਹੁਤ ਕੁਛ ਕਰਕੇ ਜਾਊਗੀ। ਉਹਦੀ ਸੋਚ ਨੂੰ ਅਸੀਂ ਨਹੀਂ ਸਮਝ ਸਕੇ, ਪਰ ਮੌਕੇ ਦੀਆਂ ਸਰਕਾਰਾਂ ਸਮਝਦੀਆਂ ਸੀ ਕਿ ਦੀਪ ਸਿੱਧੂ ਕੀ ਕਹਿੰਦਾ ਵਾ। ਉਹਨਾਂ ਨੂੰ ਸਭ ਪਤਾ ਸੀ ਉਹ ਕੀ ਕਹਿਣਾ ਚਾਹੁੰਦਾ ਤੇ ਕੀ ਲੋਕਾਂ ਨੂੰ ਐਕਸਪਲੇਨ ਕਰਦਾ ਤੁਹਾਡੇ ਸਾਹਮਣੇ। ਸੋ ਪਲੀਜ਼ ਉਹਦੀ ਸੋਚ ਨੂੰ ਚਲਾਇਓ। ਇਹੀ ਆ ਕਿ ਦੀਪ ਸਿੰਘ ਤਾਂਹੀਓ ਸਾਡੇ ਤੇ ਜੀਂਦਾ, ਤਾਂਹੀਓ ਖੜਾ ਵਾ ਕਿ ਉਹ ਕੀ ਚਾਹੁੰਦਾ ਸੀ, ਸਿਸਟਮ ਨੂੰ ਚੇਂਜ ਕਰਨਾ, ਸਮਾਜ ਨੂੰ ਠੀਕ ਕਰਨਾ, ਹਰ ਇੱਕ ਨੂੰ ਹੱਕਾਂ ਦੀ ਗੱਲ ਕਰਦਾ ਸੀ। ਸੋ ਇਹਦੇ ਉੱਤੇ ਪਹਿਰਾ ਦਿਓ, ਹਰੇਕ ਦੀ ਚੰਗੇ ਇਨਸਾਨ ਦੀ ਸਪੋਰਟ ਕਰਿਓ। ਦੀਪ ਸਿੱਧੂ ਜ਼ਿੰਦਾਬਾਦ ਹੈ, ਜ਼ਿੰਦਾਬਾਦ ਰਹੂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਸਾਰਿਆਂ ਮੁਰੇ ਹੱਥ ਜੋੜ ਕੇ ਮੈਂ ਬੇਨਤੀ ਕਰਦਾ, ਹਰ ਪ੍ਰੋਗਰਾਮ ਤੇ ਇਕੱਠੇ ਹੋਇਆ ਕਰੋ, ਸਾਡੀ ਕਮਿਊਨਿਟੀ ਨੂੰ ਬਹੁਤ ਲੋੜ ਹੈ ਇੱਕ ਦੂਜੇ ਦੀ। ਇਹੀ ਤੁਹਾਡੇ ਮੁਰੇ ਚਰਨਾਂ 'ਚ ਬੇਨਤੀ ਆ, ਤੇ ਇਸ ਗੁਰੂ ਘਰ ਕਮੇਟੀ ਦਾ ਮੈਂ ਫਿਰ ਇੱਕ ਵਾਰ ਧੰਨਵਾਦ ਕਰਦਾ। ਤੁਹਾਡਾ ਬਹੁਤ ਚੰਗਾ ਤੇ ਵੱਡਾ ਉਪਰਾਲਾ ਵਾ, ਤੁਹਾਡਾ ਦਿਨੋਂ ਧੰਨਵਾਦ। ਵਾਹਿਗੁਰੂ ਰੱਬ ਰੱਖਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਬਾਪਾ ਜੀ। ਅਗਲੇ ਜੋ ਬੁਲਾ ਰਹੇ ਹਨ ਵੀਰ ਸੁਖਜੀਤ ਸਿੰਘ ਜੀ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਸੰਗਤ ਦੇ ਸੰਗ ਹੋਣ, ਸਮਾਂ ਬੜਾ ਸੰਖੇਪ ਹੈ, ਤੇ ਉਸ ਤੋਂ ਉਪਰੰਤ ਮੈਂ ਬੇਨਤੀ ਕਰਾਂਗਾ ਸਰਦਾਰ ਵੀਰ ਜਿੰਦਾ ਸਿੰਘ ਜੀ ਨੂੰ, ਉਹ ਗੁਰਘਰ ਦੇ ਪਿੱਛੇ ਵਜਾ ਹਨ, ਉਹਨਾਂ ਨੇ ਹਾਜ਼ਰੀ ਭਰਨੀ ਹੈ, ਉਸ ਤੋਂ ਉਪਰੰਤ ਆਪਾਂ ਸਮਾਪਤੀ ਕਰ ਦੇਣੀ ਹੈ ਜੀ। ਬੁਲਾਰੇ ਵੀਰ ਸੁਖਜੀਤ ਸਿੰਘ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਆ ਕਿ ਅੱਜ ਦਾ ਜਿਹੜਾ ਇਹ ਇਕੱਠ ਆ, ਇਹ ਦੀਪ ਸਿੱਧੂ ਨੂੰ ਯਾਦ ਕਰਨ ਵਾਸਤੇ ਆਪਾਂ ਇੱਥੇ ਇਕੱਤਰ ਹੋਏ ਹਾਂ। ਤੇ ਦੀਪ ਸਿੱਧੂ ਦਾ ਜਿਹੜਾ ਜਿਹੜਾ ਵੀ ਜੀਵਨ ਆ ਪਿਛਲੇ 2 ਸਾਲ ਦਾ, ਉਹ ਸਾਨੂੰ ਇਹੀ ਸਮਝਾਉਣਾ ਚਾਹੁੰਦਾ ਸੀਗਾ ਕਿ ਜਿਹੜੀ ਭਾਰਤੀ ਸਟੇਟ ਆ ਉਹ ਸਾਡੇ ਬਾਰੇ ਤੇ ਪੰਜਾਬ ਦੇ ਬਾਰੇ ਕੀ ਸੋਚਦੀ ਆ। ਉਹਦਾ ਜਿਹੜਾ ਪਿਛਲੇ ਕੁੱਝ ਸਾਲਾਂ ਦੇ ਵਿੱਚ ਰਵੱਈਆ ਆ, ਉਹ ਬੜਾ ਸਖ਼ਤ ਹੋਇਆ ਪੰਜਾਬ ਦੇ ਪ੍ਰਤੀ। ਜੇ ਦੇਖਿਆ ਜਾਵੇ ਤਾਂ 1984 ਤੋਂ ਬਾਅਦ ਪਹਿਲੀ ਵਾਰ ਇੰਨਾ ਸਖ਼ਤ ਰਵੱਈਆ ਭਾਰਤੀ ਸਟੇਟ ਨੇ ਬਣਾਇਆ। ਉਹਦੇ ਪਿਛਲਾ ਜਿਹੜਾ ਕਾਰਨ ਆ ਉਹ ਹੈ 2025 ਦੇ ਵਿੱਚ RSS ਦਾ 100 ਸਾਲਾ ਜਿਹੜਾ ਉਹ ਮਨਾਉਣ ਜਾ ਰਿਹਾ। ਸੋ ਬਾਕੀ ਜਿਹੜਾ ਭਾਰਤ ਆ ਉਹਦੇ ਵਿੱਚ ਲਗਭਗ RSS ਦੀ ਜੜ ਬਹੁਤ ਮਜ਼ਬੂਤ ਹੋ ਚੁੱਕੀ ਆ। ਤੇ ਜਦੋਂ RSS ਬਣੀ ਸੀ ਉਹਨਾਂ ਨੇ ਉਦੋਂ ਕਿਹਾ ਸੀ ਅੱਜ ਤੋਂ 100 ਸਾਲ ਬਾਅਦ ਅਸੀਂ ਹਿੰਦੂ ਰਾਸ਼ਟਰ ਐਲਾਨਾਂਗੇ ਪੰਜਾਬ ਨੂੰ। ਸੋ ਇੱਕ ਮਾਫੀ ਚਾਹੁੰਦਾ ਭਾਰਤ ਨੂੰ, ਸਿਰਫ ਇੱਕ ਪੰਜਾਬ ਜਿਹੜਾ ਸੂਬਾ ਆ ਉਹ ਅੜਿਆ ਹੋਇਆ ਉਹਨਾਂ ਦੀ ਇਸ ਪ੍ਰਾਪਤੀ ਵਾਸਤੇ। ਸੋ ਇਸ ਕਰਕੇ
ਉਹ ਲਗਾਤਾਰ ਜਿਹੜਾ ਪੰਜਾਬ ਦੇ ਉੱਤੇ ਹਰ ਪੱਖ ਤੋਂ ਜਿਹੜੇ ਹਮਲੇ ਕਰਦਾ ਹੈ। ਪਰ ਗੁਰੂ ਪਾਤਸ਼ਾਹ ਦੀ ਐਸੀ ਕਿਰਪਾ ਹੋਈ ਕਿ ਸਾਨੂੰ ਇੱਕ ਐਸਾ ਨੌਜਵਾਨ ਬੁਲਾਰਾ ਮਿਲਿਆ ਜਿਹਨੇ ਸਾਨੂੰ ਇਹ ਸਾਰੀਆਂ ਗੱਲਾਂ ਇੱਕ ਵਾਰ ਫੇਰ ਦੁਬਾਰਾ ਜਿਹੜੀਆਂ ਨੇ ਉਹ ਯਾਦ ਕਰਵਾਤੀਆਂ ਨੇ। ਤਾਂ ਦੀਪ ਸਿੱਧੂ ਕੀ ਚਾਹੁੰਦਾ ਸੀਗਾ, ਇਹ ਬਹੁਤ ਅਹਿਮ ਗੱਲ ਆ। ਆਪਾਂ ਕਹਿੰਦੇ ਹਾਂ ਕਿ ਦੀਪ ਸਿੱਧੂ ਤੇਰੀ ਸੋਚ ਤੇ ਪਹਿਰਾ ਦੇਵਾਂਗੇ ਠੋਕ ਕੇ। ਦੀਪ ਸਿੱਧੂ ਚਾਹੁੰਦਾ ਕੀ ਸੀਗਾ, ਉਹਦੀ ਸੋਚ ਕੀ ਸੀ? ਜਦੋਂ ਕਿਸਾਨੀ ਮੋਰਚਾ ਦਿੱਲੀ ਪਹੁੰਚਿਆ, ਸਭ ਤੋਂ ਮੂਹਰੇ ਜਿਹੜੇ ਬੰਦੇ ਗਏ ਉਹਨਾਂ ਦੇ ਵਿੱਚ ਦੀਪ ਸਿੱਧੂ ਸੀਗਾ। ਪਰ ਉੱਥੇ ਜਾ ਕੇ ਉਹਨੇ ਵੱਖਰੀ ਸਟੇਜ ਨਹੀਂ ਲਾਈ। ਉਹ ਇਹ ਚਾਹੁੰਦਾ ਸੀ ਦੀਪ ਸਿੱਧੂ ਕਿ ਉਹ ਸਾਨੂੰ ਸਾਰਿਆਂ ਨੂੰ ਇਕੱਠੇ ਦੇਖਣਾ ਚਾਹੁੰਦਾ ਸੀ। ਜੇ ਉਹ ਚਾਹੁੰਦਾ ਇੱਕ ਵੱਖਰੀ ਸਟੇਜ ਲਾ ਸਕਦਾ ਸੀ, ਉੱਥੇ ਇਲਜ਼ਾਮ ਵੀ ਲੱਗੇ, ਉਹਨੇ ਤਾਂ ਵੀ ਵੱਖਰੀ ਸਟੇਜ ਨਹੀਂ ਲਾਈ। ਸੋ ਸਾਨੂੰ ਵੀ ਅੱਜ ਇਹ ਚੀਜ਼ਾਂ ਜ਼ਰੂਰ ਸੋਚਣੀਆਂ ਚਾਹੀਦੀਆਂ ਕਿ ਭਾਰਤੀ ਸਟੇਟ ਕੀ ਚਾਹੁੰਦੀ ਆ ਤੇ ਸਾਡੀਆਂ ਕੀ ਲੋੜਾਂ ਨੇ। ਜਾਂਦਾ ਜਾਂਦਾ ਦੀਪ ਸਿੱਧੂ ਸਾਨੂੰ ਇੱਕ ਵਾਰ ਫਿਰ ਦੱਸ ਗਿਆ ਕਿ ਸਾਨੂੰ ਕੀ ਕਰਨਾ ਚਾਹੀਦਾ। ਉਹਦੀ ਗੱਡੀ ਦੇ ਵਿੱਚੋਂ ਜਿਹੜਾ ਫਤਿਹਨਾਮਾ ਮਿਲਿਆ, ਜਿਹਦੇ ਉੱਤੇ ਲਹੂ ਲੱਗਿਆ ਹੋਇਆ ਦੀਪ ਸਿੱਧੂ ਦਾ, ਉਹ ਸਾਨੂੰ ਜਾਂਦਾ ਜਾਂਦਾ ਦੱਸ ਗਿਆ ਕਿ ਸਾਨੂੰ ਪੜ੍ਹਨਾ ਚਾਹੀਦਾ। ਸਾਨੂੰ ਜਿਹੜੇ ਅੱਜ ਦੇ ਹਾਲਾਤ ਨੇ ਉਹਨਾਂ ਨੂੰ ਸਮਝਣ ਵਾਸਤੇ ਸਿੱਖ ਨਜ਼ਰੀਏ ਤੋਂ, ਆਜ਼ਾਦ ਕਲਮਾਂ ਤੋਂ ਲਿਖੇ ਹੋਏ ਰਸਾਲੇ ਜਿਹੜੇ ਨੇ ਉਹ ਸਾਨੂੰ ਪੜ੍ਹਨੇ ਚਾਹੀਦੇ ਨੇ, ਨਾ ਕਿ ਸਾਨੂੰ ਭਾਰਤੀ ਸਟੇਟ ਦਾ ਜਿਹੜਾ ਨਜ਼ਰੀਆ ਆ ਉਹ ਪੜ੍ਹਨਾ ਚਾਹੀਦਾ ਹੈ। ਪਰ ਤੁਸੀਂ ਦੇਖੋ ਉਹ ਨਾਲ ਦੀ ਨਾਲ ਹੀ ਜਿਹੜੀ ਉਹਦੀ ਗੱਡੀ ਆ ਉਹਦੇ ਵਿੱਚ ਭਾਰਤੀ ਸਟੇਟ ਦੇ ਕਰਿੰਦਿਆਂ ਵੱਲੋਂ ਸ਼ਰਾਬ ਦੀਆਂ ਬੋਤਲਾਂ ਰਖਾ ਦਿੱਤੀਆਂ ਗਈਆਂ। ਉਹ ਵੀ ਇੱਕ ਮੈਸੇਜ ਦੇ ਰਹੇ ਆ ਸਾਨੂੰ ਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੀ ਨੌਜਵਾਨੀ ਜਿਹੜੀ ਆ ਉਹ ਨਸ਼ਿਆਂ ਤੇ ਲੱਗੀ ਰਹੇ। ਸੋ ਇੱਕ ਮੈਸੇਜ ਸਾਨੂੰ ਸਟੇਟ ਦੇ ਰਹੀ ਆ ਇਹ ਸਾਰੇ ਕਾਸੇ ਦੇ ਵਿੱਚ, ਇੱਕ ਮੈਸੇਜ ਸਾਨੂੰ ਜਿਹੜਾ ਆ ਉਹ ਦੀਪ ਸਿੱਧੂ ਦੇ ਕੇ ਗਿਆ ਵਾ ਕਿ ਸਾਨੂੰ ਕੀ ਕਰਨਾ ਚਾਹੀਦਾ ਆ। ਸਾਨੂੰ ਬਹੁਤ ਲੋੜ ਆ ਅੱਜ ਜਿਹੜੇ ਕਰੰਟ ਮੁੱਦੇ ਆ ਜਿਹੜੇ ਸਾਡੇ ਪੰਜਾਬ ਦੇ, ਭਾਰਤ ਦੇ ਤੇ ਕੌਮਾਂਤਰੀ ਪੱਧਰ ਦੇ, ਸਾਊਥ ਈਸਟ ਏਸ਼ੀਆ ਦੇ ਜਿਹੜਾ ਜੀਓ ਪੋਲੀਟੀਕਲ ਲੋਕੇਸ਼ਨ ਆ ਉਹ ਬਹੁਤ ਇਸ ਵੇਲੇ ਪੰਜਾਬ ਦੇ ਪੱਖ ਵਿੱਚ ਭੁਗਤ ਰਹੀ ਆ। ਜੋ ਕੁਛ ਵੀ ਉੱਥੇ ਵਾਪਰਿਆ ਪਿਛਲੇ ਕੁਝ ਸਾਲਾਂ 'ਚ ਉਹ ਇੱਕ ਵੱਡਾ ਕਾਰਨ ਸੀਗਾ। ਪੰਜਾਬ ਦੇ ਨੌਜਵਾਨਾਂ ਦੀ ਜਾਗਰੂਕਤਾ ਆਈ ਆ ਉਹ ਵੀ ਸਾਡੇ ਹੱਕ 'ਚ ਹੋਈ ਆ। ਗੱਲ ਇੱਕ ਮੈਂ ਛੋਟੀ ਜਿਹੀ ਗੱਲ ਕਰਕੇ ਸਮਾਪਤ ਕਰ ਦਿੰਦਾ। ਕੈਨੇਡਾ ਦੀ ਇੱਕ ਲੇਖਿਕਾ ਆ ਨਿਓਮੀ ਕਲੀਨ, ਉਹਦੀ ਉਹਨੇ ਇੱਕ ਸਿਧਾਂਤ ਨੂੰ ਨੰਗਿਆ ਕੀਤਾ ਪਿਛਲੇ ਸਾਲਾਂ ਦੇ ਵਿੱਚ, ਜਿਹਨੂੰ ਕਹਿੰਦੇ ਆ ਸਦਮਾ ਸਿਧਾਂਤ, ਅਸ਼ੋਕ ਡਾਕਟਰਾਈਨ। ਉਹ ਕਹਿੰਦੀ ਸਮਾਜ ਦੇ ਵਿੱਚ ਜਦੋਂ ਵੀ ਕਦੇ ਇੱਕ ਬਦਲਾਵ ਲੈ ਕੇ ਆਉਣੇ ਹੁੰਦੇ ਨੇ ਉਦੋਂ ਆਮ ਲੋਕਾਂ ਨੂੰ ਇੱਕ ਝਟਕਾ ਦਿੱਤਾ ਜਾਂਦਾ, ਇੱਕ ਸ਼ੌਕ ਦਿੱਤਾ ਜਾਂਦਾ ਹੈ। ਉਦਾਹਰਣ ਦੇ ਤੌਰ ਤੇ ਜਦੋਂ ਸਾਡਾ ਐਕਸੀਡੈਂਟ ਹੁੰਦਾ ਸਾਨੂੰ 2-4 ਮਿੰਟ, 5 ਮਿੰਟ ਜਾਂ 10 ਮਿੰਟ ਕੁਝ ਸਮਝ ਨਹੀਂ ਲੱਗਦੀ। ਕੋਈ ਸਾਨੂੰ ਆ ਕੇ ਕੱਢਦਾ, ਉਹੀ ਐਂਬੂਲੈਂਸ ਬੁਲਾਉਂਦੇ ਨੇ, ਉਹੀ ਸਾਰਾ ਕੁਝ ਕਰਦੇ ਨੇ। ਤਾਂ ਕਈ ਵਾਰ ਸਾਡਾ ਕੋਈ ਚੈਨੀ ਲਾ ਕੇ ਲੈ ਜਾਂਦਾ, ਕੋਈ ਬਟੂਆ ਚੁੱਕ ਲੈਂਦਾ, ਕੋਈ ਫੋਨ ਚੁੱਕ ਲੈਂਦਾ, ਸਾਨੂੰ ਨਹੀਂ ਪਤਾ ਲੱਗਦਾ, ਉਹ ਵੀ ਸ਼ੌਕ ਦੇ ਵਿੱਚ ਹੁੰਦੇ ਆ। ਪੁਲਵਾਮਾ ਹਮਲਾ ਜਿਹੜਾ ਹੋਇਆ ਸਾਰਾ ਭਾਰਤ ਸ਼ੌਕ ਵਿੱਚ ਸੀਗਾ। ਉਹਨਾਂ ਦਿਨਾਂ ਦੇ ਵਿੱਚ ਰਫਾਲ ਡੀਲ ਸਰਕਾਰ ਨੇ ਕੀਤੀ ਅੰਬਾਨੀਆਂ ਦੇ ਫਾਇਦੇ ਵਾਸਤੇ, ਇਹ ਇੱਕ ਸ਼ੌਕ ਦਿੱਤਾ ਆ। ਕਿਉਂਕਿ ਪੰਜਾਬ ਨਵੰਬਰ ਦੇ ਵਿੱਚ ਵਿਕਟਰੀ ਮੋਡ 'ਚ ਲੱਗ ਗਿਆ ਸੀ ਜਦੋਂ ਕਿਸਾਨੀ ਸੰਘਰਸ਼ ਆਪਾਂ ਜਿੱਤ ਲਿਆ, ਪਰ ਸਰਕਾਰ ਨਹੀਂ ਚਾਹੁੰਦੀ। ਉਹਨਾਂ ਨੇ ਇੱਕ ਸ਼ੌਕ ਦਿੱਤਾ ਦੀਪ ਦਾ, ਜੋ ਵੀ ਇਹ ਉਹਨਾਂ ਵੱਲੋਂ ਕਰਵਾਇਆ ਗਿਆ ਐਕਸੀਡੈਂਟ, ਇਹਦੇ ਵਿੱਚ ਸਾਨੂੰ ਕੋਈ ਵੀ ਇੱਕ ਸ਼ੰਕਾ ਨਹੀਂ ਹੋਣਾ ਚਾਹੀਦਾ ਕਿ ਇਹ ਕੁਦਰਤੀ ਮੌਤ ਆ। ਸੋ ਇਹ ਜਿਹੜਾ ਸ਼ੌਕ ਸੀਗਾ, ਪਰ ਅੱਜ ਦਾ ਜਿਹੜਾ ਇਕੱਠ ਆ ਜਾਂ ਬਾਕੀ ਦੁਨੀਆਂ ਦੇ ਵਿੱਚ ਜਿੱਥੇ ਵੀ ਨੌਜਵਾਨ ਇਕੱਠੇ ਹੋ ਰਹੇ ਨੇ, ਉਹਨਾਂ ਨੇ ਇੱਕ ਇਹ ਜਿਹੜਾ ਸ਼ੌਕ ਸੀਗਾ ਉਹ ਸਰਕਾਰ ਦੇ ਮੂੰਹ ਤੇ ਇੱਕ ਕਰਾਰੀ ਚਪੇੜ ਲਿਆ ਕਿ ਪੰਜਾਬ ਦੇ ਉੱਤੇ ਇਹ ਕੰਮ ਨਹੀਂ ਚੱਲਣਾ। ਬਾਕੀ ਸਾਰੀ ਦੁਨੀਆਂ ਦੇ ਵਿੱਚ ਇਹ ਸਦਮਾ ਸਿਧਾਂਤ ਬਹੁਤ ਵੱਡੇ ਪੱਧਰ ਤੇ ਵਰਤਿਆ ਜਾ ਰਿਹਾ। ਇਸ ਬੰਦੇ ਨੂੰ ਜਿਹੜਾ ਫਰਾਈਡਮੈਨ ਸੀਗਾ ਜਿਹਨੇ ਇਹ ਲਿਖਿਆ ਸੀਗਾ ਸਦਮਾ ਸਿਧਾਂਤ, ਉਹਨੂੰ ਬਹੁਤ ਵੱਡੇ ਅਵਾਰਡ ਮਿਲੇ 70 ਮਿੰਟ। ਤੇ ਸਾਰੀ ਦੁਨੀਆਂ ਦੇ ਵਿੱਚ ਇਹ ਲਾਗੂ ਆ ਸਦਮਾ ਸਿਧਾਂਤ। ਜਿਹੜੀ ਜਨਾਨੀ ਨੇ, ਜਿਹੜੀ ਬੀਬੀ ਨੇ ਇਹਨੂੰ ਨੰਗਿਆ ਕੀਤਾ ਸਦਮਾ ਸਿਧਾਂਤ, ਜਿਹੜੀ ਉਹਦੀ ਕਿਤਾਬ ਆ, ਉਹਨੂੰ ਬੜੇ ਸੈੱਟ ਮਿਲੇ ਸੀ ਤੈਨੂੰ ਮਰਵਾ ਦੇਣਾ। ਕਿਉਂਕਿ ਸਰਕਾਰ ਨਹੀਂ ਚਾਹੁੰਦੀ ਲੋਕ ਜਾਗਰੂਕ ਹੋਣ। ਪੰਜਾਬ ਦੇ ਬੜੇ ਧੀਆਂ ਪੁੱਤ ਬੰਬੇ ਗਏ, ਉਹ ਉੱਥੋਂ ਦੇ ਹੋ ਕੇ ਰਹਿ ਗਏ। ਸਰਕਾਰ ਨੂੰ ਉਹਨਾਂ ਤੋਂ ਕੋਈ ਚਿੰਤਾ ਨਹੀਂ, ਸਰਕਾਰ ਉਹਨਾਂ ਨੂੰ ਅਹੁਦੇ ਨਾਲ ਵੀ ਨਿਭਾਇਆ। ਗੁਰਦਾਸਪੁਰ ਦੀ ਸੀਟ ਉਹਨਾਂ ਰੱਖੀ ਇਸ ਕੰਮ ਦੀ MP ਦੀ, ਪਰ ਦੀਪ ਸਿੱਧੂ ਉਹਨਾਂ ਨਾਲੋਂ ਵੱਖਰਾ ਸੀਗਾ। ਉਹਨੇ ਵਾਪਸ ਆ ਕੇ ਸਾਨੂੰ ਜਾਗਰੂਕ ਕੀਤਾ, ਸਾਨੂੰ ਇਕੱਠਿਆਂ ਕਰਨ ਦੀ ਅਪੀਲ ਲਗਾਤਾਰ ਕਰਦਾ ਰਿਹਾ। ਸੋ ਸਾਨੂੰ ਲੋੜ ਆ ਦੀਪ ਸਿੱਧੂ ਦੇ ਨਾਮ ਤੇ ਕੋਈ ਵੀ ਇਕੱਠ ਕਰਨਾ ਹੈ ਉਹ ਸਾਡੀਆਂ ਧਾਰਮਿਕ ਸੰਸਥਾਵਾਂ, ਜਿਹੜੇ ਸਾਡੇ ਗੁਰਦੁਆਰੇ ਆ, ਉਹਨਾਂ ਦੇ ਵਿੱਚ ਹੀ ਕਰੀਏ। ਆਪਾਂ ਦੁਸ਼ਮਣ ਨੂੰ ਹੁਣ ਜਗ੍ਹਾ ਨਾ ਦੇਈਏ ਖੇਡਣ ਦੀ। ਜਦੋਂ ਅਸੀਂ ਦੁਸ਼ਮਣ ਨੂੰ ਜਗ੍ਹਾ ਦਿੰਦੇ ਹਾਂ ਅਲੱਗ ਅਲੱਗ ਥਾਵਾਂ ਤੇ ਇਕੱਠ ਕਰਕੇ, ਦੁਸ਼ਮਣ ਉਹਦੇ ਵਿੱਚ ਖੇਡਦਾ ਆ। ਸੋ ਸਟੇਟ ਦਾ ਜਿਹੜਾ ਰਵੱਈਆ ਆ, ਉਹਦਾ ਜਿਹੜਾ ਐਟੀਟਿਊਡ ਆ ਪੰਜਾਬ ਤੇ ਸਿੱਖੀ ਪ੍ਰਤੀ, ਉਹ ਸਮਝਣ ਦੀ ਬਹੁਤ ਲੋੜ ਆ। ਅੱਜ ਪੰਜਾਬ ਦੇ ਵਿੱਚ ਵੋਟਾਂ ਪੈ ਰਹੀਆਂ, ਅੱਜ ਦਾ ਹੀ ਦਿਨ ਕਿਉਂ ਚੁਣਿਆ ਗਿਆ? ਕਿਉਂਕਿ ਅੱਜ ਸਾਕਾ ਨਨਕਾਣਾ ਸਾਹਿਬ ਹੋਇਆ ਸੀ 101 ਸਾਲ ਪਹਿਲਾਂ, ਕਿ ਜਾਂ ਸਿੱਖਾਂ ਨੇ ਗੁਰੂ ਘਰਾਂ 'ਚ ਬੈਠ ਕੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਸੀ, ਉਹਨਾਂ ਨੂੰ ਉਹਨਾਂ ਦੇ ਜਿਹੜੇ ਹੈਗੇ ਆ ਜਿੱਦਾਂ ਉਹਨਾਂ ਨੂੰ ਸੰਘਰਸ਼ ਲੜਿਆ। ਕਿਉਂਕਿ ਸਾਕਾ ਨਨਕਾਣਾ ਸਾਹਿਬ ਇੱਕ ਟਰਨਿੰਗ ਪੁਆਇੰਟ ਸੀਗਾ ਪਿਛਲੀ ਸਦੀ ਦਾ। ਸਾਕਾ ਨਨਕਾਣਾ ਸਾਹਿਬ ਤੋਂ ਬਾਅਦ ਵਿੱਚ ਸਿੱਖਾਂ ਨੂੰ ਗੁਰਦੁਆਰਿਆਂ ਦੇ ਉੱਤੇ ਮਹੰਤ ਕੱਢਣ ਵਾਸਤੇ ਜਾਂ ਜਿਹੜੇ ਬੰਦੇ ਗਲਤ ਕਰ ਰਹੇ ਸੀ
ਉਹ ਕੱਢਣ ਵਾਸਤੇ ਸ਼ਹਾਦਤਾਂ ਨਹੀਂ ਦੇਣੀਆਂ ਪਈਆਂ ਸਾਡਾ ਨਨਕਾਣਾ ਸਾਹਿਬ ਤੋਂ ਬਾਅਦ। ਸਿੱਖ ਜਾਂਦੇ ਸੀ, ਕਰਤਾਰ ਸਿੰਘ ਝੱਬਰ ਹੁਣੀ ਜਾਂਦੇ ਸੀ ਆਪਣੇ ਜੱਥੇ ਲੈ ਕੇ ਤੇ ਮੰਤ ਭਰ ਜਾਂਦੇ ਸੀ। ਸਰਕਾਰ ਨਹੀਂ ਚਾਹੁੰਦੀ ਕਿ ਸਾਡੇ ਅਦਾਰੇ ਆਜ਼ਾਦ ਹੋਣ, ਇਸ ਕਰਕੇ ਉਹ ਇਹੋ ਜਿਹੇ ਦਿਹਾੜੇ ਚੁਣਦੇ ਆ ਜਿਨ੍ਹਾਂ ਦੇ ਵਿੱਚੋਂ ਸਾਨੂੰ ਕੁੱਝ ਸੇਧ ਮਿਲ ਸਕਦੀ ਆ, ਪਰ ਸਰਕਾਰ ਨਹੀਂ ਚਾਹੁੰਦੀ। ਇਸ ਕਰਕੇ ਜਿਹੜਾ ਵੀ ਬੰਦਾ ਸਟੇਟ ਦੇ ਖਿਲਾਫ਼ ਬੋਲਦਾ ਆ, ਜਿਹੜਾ ਵੀ ਤੁਹਾਡੇ ਕੋਲ ਜਾਣਕਾਰ ਆ, ਉਹਨੂੰ ਕਹੋ ਕਿ ਭਾਈ ਆਪਣੀ ਸੋਸ਼ਲ ਸਿਕਿਉਰਿਟੀ ਦਾ ਧਿਆਨ ਰੱਖਣ। ਹੋਰ ਵੀ ਕਈ ਬੰਦਿਆਂ ਦੇ ਉੱਤੇ ਇਸ ਵੇਲੇ ਜਿਹੜੀ ਆ ਸਟੇਟ ਨੇ ਨਿਗਾਹ ਰੱਖੀ ਹੋਈ ਆ। ਇਹ ਜਦੋਂ ਤੁਸੀਂ ਫਤਿਹਨਾਮਾ ਜਾਂ ਵੰਗਾਰ ਜਾਂ ਸਿੱਖ ਸ਼ਹਾਦਤ ਤਿੰਨ ਸਾਡੇ ਨੇ ਇਹ ਪੜ੍ਹਨੇ ਸ਼ੁਰੂ ਕਰੋਗੇ, ਉਹ ਤੁਹਾਨੂੰ ਆਪਣੇ ਆਪ ਸਾਰਾ ਕੁਝ ਸਮਝ ਲੱਗ ਜੂ ਕਿ ਸਟੇਟ ਕੰਮ ਕਿਵੇਂ ਕਰ ਰਹੀ ਆ। ਫਤਿਹਨਾਮਾ ਜਿਹੜਾ ਵੰਗਾਰ ਆ ਜਾਂ ਫਤਿਹਨਾਮਾ ਵਾਂਗੂ ਇੱਥੇ ਵੀ ਪਹੁੰਚਦਾ ਆ, ਮੈਨੂੰ ਮੇਰੇ ਕੋਲ ਵੀ ਆਉਂਦਾ, 23 ਸਾਲਾਂ ਤੋਂ ਸਾਡੇ ਕੋਲ ਵੀ ਆਉਂਦਾ ਆ, ਜਾਂ ਮੇਰੇ ਕਈ ਇੱਥੇ ਸੱਜਣਾਂ ਜਿਹਨਾਂ ਨੂੰ ਮੈਂ ਜਾਣਦਾ ਗੁਰਸਿੱਖ ਵੀਰ, ਉਹ ਪੜ੍ਹਦੇ ਵੀ ਨੇ, ਉਹ ਇੱਥੇ ਵੀ ਮੰਗਵਾਇਆ ਕਰੋ। ਉਹਨਾਂ ਦੀ ਮਾਈਕ ਸਹਾਇਤਾ ਵੀ ਹੁੰਦੀ ਆ, ਤੁਸੀਂ ਪੰਜਾਬ ਦੇ ਨਾਲ ਬਹੁਤ ਡੀਪਲੀ ਜੁੜ ਵੀ ਜਾਂਦੇ ਆ। ਸੋ ਦੀਪ ਸਿੱਧੂ ਜਿਹੜਾ ਜਾਂਦਾ ਜਾਂਦਾ ਸਾਨੂੰ ਮੈਸੇਜ ਦੇ ਕੇ ਗਿਆ, ਉਹ ਜ਼ਰੂਰ ਤੁਸੀਂ ਇਸ ਉੱਤੇ ਵਿਚਾਰ ਕਰਿਓ ਕਿ ਸਾਨੂੰ ਇਹ ਚੀਜ਼ਾਂ ਪੜ੍ਹਨ ਦੀ ਲੋੜ ਆ। ਸਾਨੂੰ ਥੋੜ੍ਹਾ ਜਿਹਾ ਸੋਸ਼ਲ ਮੀਡੀਆ ਤੋਂ ਟਾਈਮ ਘਟਾ ਕੇ ਤੇ ਜਿਹੜਾ ਆ ਇੱਧਰ ਦੇਣ ਦੀ ਲੋੜ ਆ। ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਵੀ ਬਣੀ ਆ, ਕਰੰਟ ਮੁੱਦਿਆਂ ਉੱਤੇ ਬਹੁਤ ਸਾਰਾ ਆਪਣੇ ਕੋਲ ਮਟੀਰੀਅਲ, ਇੱਥੇ ਲਿਟਰੇਚਰ ਹੈਗਾ, ਉਹ ਜ਼ਰੂਰ ਪੜ੍ਹਿਆ ਕਰੋ। ਲੜਨ ਵਾਸਤੇ ਪੜ੍ਹਨਾ ਜ਼ਰੂਰੀ ਆ। ਪਹਿਲੇ 5 ਜਾਮੇ ਗੁਰੂ ਸਾਹਿਬਾਂ ਨੇ ਸਿਰਫ ਗੁਰਬਾਣੀ ਦੇ ਪਹਿਰਾ ਦਿੱਤਾ, 6ਵੇਂ ਜਾਮੇ ਦੇ ਵਿੱਚ ਸਾਨੂੰ ਜਿਹੜਾ ਆ ਮੀਰੀ ਪੀਰੀ ਦਾ ਸਿਧਾਂਤ ਜਿਹੜਾ ਉਹਨੂੰ ਅਮਲੀ ਜਾਮਾ ਪਾਇਆ, ਉਹ ਕਿਉਂਕਿ 5 ਜਾਮੇ ਪੱਕੇ ਹੋ ਚੁੱਕੇ ਸੀ ਸਿੱਖ। ਉਹੀ ਸਿੱਖ ਸੀ ਜਿਹੜੇ ਪਹਿਲਾਂ ਨਾਮਬਾਣੀ ਚ ਪੱਕੇ ਸੀ, ਫਿਰ ਉਹਨਾਂ ਨੂੰ ਸਿਪਾਹੀ ਬਣਾਇਆ ਗੁਰੂ ਸਾਹਿਬ ਜੀ ਨੇ। ਸੋ ਅਸੀਂ ਇੱਕ ਸਾਕਾ ਨਨਕਾਣਾ ਸਾਹਿਬ ਦੇ ਸੰਬੰਧ ਦੇ ਵਿੱਚ ਪਿਛਲੇ ਸਾਲ ਐਸੇ ਗੁਰੂ ਘਰ ਦੇ ਵਿੱਚ 100 ਸਾਲ ਦੇ ਉੱਤੇ ਇਹ ਪੈਂਪਲੇਟ ਛਪਵਾਏ ਸੀਗੇ, ਅੱਜ ਫਿਰ ਸਾਡੇ ਕੋਲ ਇੱਥੇ ਹੈਗੇ ਨੇ, ਪਿੱਛੇ ਉੱਥੇ ਟੇਬਲ ਪਿਆ, ਇਹ ਜ਼ਰੂਰ ਤੁਸੀਂ ਲੈ ਕੇ ਜਾਇਓ। ਇਹ ਬਹੁਤ ਛੋਟੀ ਜਿਹੀ ਸੰਖੇਪ ਜਾਣਕਾਰੀ ਆ, ਆਪਣੇ ਬੱਚਿਆਂ ਨੂੰ ਜ਼ਰੂਰ ਦੱਸਿਓ ਕਿ ਇਹ ਕੀ ਸੀਗਾ ਸਾਕਾ ਨਨਕਾਣਾ ਸਾਹਿਬ, ਕਿਉਂ ਹੋਇਆ, ਕਿਉਂ ਸਾਡੇ ਗੁਰੂ ਘਰਾਂ ਨੂੰ ਸਰਕਾਰ ਆਜ਼ਾਦ ਨਹੀਂ ਦੇਖਣਾ ਚਾਹੁੰਦੀ। ਇੱਕ ਪਾਰਲੀਮੈਂਟ ਇੰਗਲੈਂਡ ਦੇ ਵਿੱਚ ਇਹ ਗੱਲ ਚੱਲੀ ਸੀ ਕਿ ਸਿੱਖਾਂ ਦੇ ਜਿਹੜੇ ਗੁਰਦੁਆਰੇ ਆ ਉਹਨਾਂ ਨੂੰ ਆਜ਼ਾਦ ਨਹੀਂ ਕੀਤਾ ਜਾਣਾ ਚਾਹੀਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ। ਉਹ ਕਹਿੰਦੇ ਸੀ ਕਿ ਇਹ ਸਟੇਟ ਵਿਦਨ ਸਟੇਟ ਆ। ਅੱਜ ਦਾ ਜਿਹੜਾ ਮਾਹੌਲ ਆ ਉਹ ਫਿਰ ਅੱਜ ਉਹੀ ਆ, ਭਾਰਤੀ ਸਟੇਟ ਸਿੱਖ ਨੌਜਵਾਨੀ ਨੂੰ ਖਤਮ ਕਰਦੇ ਲੱਗੀ ਹੋਈ ਆ, ਪਰ ਸਿੱਖ ਨੌਜਵਾਨੀ ਜੇ ਕਿਤੇ ਇਕੱਠੀ ਹੋ ਰਹੀ ਆ ਤਾਂ ਸਿੱਖ ਗੁਰਦੁਆਰੇ ਨੇ। ਇਹ ਸਟੇਟ ਵਿਦਨ ਸਟੇਟ ਆ, ਇਹ ਆਪਣੇ ਆਪ ਦੇ ਵਿੱਚ ਸਾਡਾ ਰਾਜ ਹੈ, ਭਾਵੇਂ ਕਿ ਸਾਡੀ ਆਖਰੀ ਜਿਹੜਾ ਹੱਲ ਆ ਉਹ ਖਾਲਿਸਤਾਨ ਹੀ ਆ। ਜਗਦੀਪ ਸਿੱਧੂ ਵੀ ਇਹੀ ਕਹਿੰਦੇ ਰਿਹਾ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਵੀ ਇਹੀ ਕਹਿੰਦੇ ਰਹੇ, ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੀ ਇਹੀ ਕਹਿੰਦੇ। ਸੋ ਆ ਜ਼ਰੂਰ ਲੈ ਕੇ ਜਾਇਓ, ਆਪਣੇ ਬੱਚਿਆਂ ਨੂੰ ਦੱਸਿਓ, ਆਪਣੇ ਇਤਿਹਾਸ ਤੋਂ ਬੱਚਿਆਂ ਨੂੰ ਕਦੀ ਟੁੱਟਣ ਨਾ ਦਿਓ। ਸੋ ਇੱਕ ਬੇਨਤੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਜਿਹੜੀ ਕਮੇਟੀ ਆ ਉਹਦੇ ਵਾਸਤੇ ਆ ਵੀ ਅੱਜ ਦਾ ਜਿਹੜਾ ਹੁਕਮਨਾਮਾ ਸਾਹਿਬ ਆ ਉਹਨੂੰ ਫਰੇਮ ਦੇ ਵਿੱਚ ਮੜਾ ਕੇ ਰੱਖਿਆ ਜਾਣਾ ਚਾਹੀਦਾ, ਤਾਂ ਕਿ ਸਟੇਟ ਨੂੰ ਇਹ ਮੈਸੇਜ ਜਾਵੇ ਕਿ ਅਸੀਂ ਆਪਣੇ ਯੋਧਿਆਂ ਦਾ ਇਤਿਹਾਸ ਆ ਜਾਂ ਉਹਨਾਂ ਨੂੰ ਜਿੰਦਾ ਰੱਖਣਾ ਜਾਣਦੇ ਹਾਂ। ਸਾਡੀਆਂ ਕਈਆਂ ਗੱਲਾਂ ਛੋਟੀਆਂ ਨੇ, ਜੋ ਅੱਜ ਹੁਕਮਨਾਮਾ ਸਾਹਿਬ ਆਇਆ ਉਹ ਵੱਡੀ ਜ਼ਿਆਦਾ। ਸਾਡੀਆਂ ਕਈਆਂ ਗੱਲਾਂ ਹੋ ਸਕਦਾ ਆ ਕੱਲ ਨੂੰ ਅਸੀਂ ਭੁੱਲ ਜਾਈਏ, ਪਰ ਜਿਹੜਾ ਹੁਕਮਨਾਮਾ ਆਇਆ ਵਾ ਉਹਦਾ ਕੋਈ ਸਮਾਂ ਕਾਲ ਨਹੀਂ ਹੈ। ਗੁਰੂ ਸਾਹਿਬ ਦਾ ਸਮਾਂ ਨਾ ਕਦੇ ਲੰਘਿਆ ਨਾ ਲੰਘ ਸਕਦਾ ਆ, ਸਰੀਰ ਆਉਂਦੇ ਜਾਂਦੇ ਰਹਿਣੇ ਆ। ਸੋ ਮੈਂ ਬੇਨਤੀ ਕਰਾਂਗਾ ਪ੍ਰਬੰਧਕ ਕਮੇਟੀ ਨੂੰ ਕਿ ਅੱਜ ਦਾ ਜਿਹੜਾ ਖਾਸ ਪ੍ਰੋਗਰਾਮ ਆ, ਇਹਦਾ ਜਿਹੜਾ ਹੁਕਮਨਾਮਾ ਸਾਹਿਬ ਆਪਾਂ ਇੱਥੇ ਲਿਆ ਆ, ਉਹ ਜ਼ਰੂਰ ਇੱਥੇ ਲਾਇਬ੍ਰੇਰੀ ਚ ਜਾਂ ਕਿਤੇ ਵੀ ਉਹਨੂੰ ਮੜਾ ਕੇ ਰੱਖਿਆ ਜਾਣਾ ਚਾਹੀਦਾ ਆ, ਤਾਂ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸ ਸਕੀਏ ਕਿ ਸਾਡੇ ਪੰਜਾਬ ਦਾ ਸਟੇਟ ਨੇ ਇੱਕ ਪੁੱਤ ਖੋਇਆ ਸੀ, ਉਹਦੀ ਯਾਦ ਦੇ ਵਿੱਚ ਇੱਥੇ ਕਈ ਬੰਦੇ ਜਿਹੜੇ, ਕਈ 100 ਪੁੱਤ ਜਿਹੜੇ ਪੰਜਾਬ ਦੇ ਉਹ ਕਤਲ ਹੋਏ ਸੀਗੇ। ਸੋ ਇੰਨੀਆਂ ਬੇਨਤੀਆਂ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਬਹੁਤ ਬਹੁਤ ਧੰਨਵਾਦ ਭਾਜੀ, ਤੁਹਾਡੀ ਡੂੰਘੀ ਵਿਚਾਰ ਤੇ ਸਭ ਕੀਤਾ ਹੋਇਆ ਹੈ। ਸਤਸੰਗ ਜੀ ਸਾਡੇ ਕੋਲ ਇੱਕ ਬੁਲਾਰਾ ਹੋਰ, ਉਹਨਾਂ ਨੇ ਬੇਨਤੀ ਕੀਤੀ ਹੈ, ਬੜਾ ਥੋੜਾ ਸਮਾਂ ਹੈ ਕਿ ਮੈਂ ਨਿਰਾਸ਼ ਜਾਂ ਨਾ ਨਹੀਂ ਕਰ ਸਕਦੇ ਹੈਗੇ, ਸੋ ਮੈਂ ਬੇਨਤੀ ਕਰਨਾ ਵੀ ਤੇਜਿੰਦਰ ਸਿੰਘ ਨੂੰ, ਉਹਨਾਂ ਨੇ ਸਿਰਫ 2 ਮਿੰਟ ਵਾਸਤੇ ਹਾਜ਼ਰੀ ਭਰਨੀ ਹੈ, ਫਿਰ ਆਪਾਂ ਜਲਦੀ ਸਮਾਪਤੀ ਕਰ ਦੇਣੀ ਹੈ ਜੀ। ਚੜੂਗਾ ਕੋਈ ਰੰਗ ਅਨੋਖਾ, ਜਜ਼ਬਾ ਇਹ ਕੁਰਬਾਨੀ ਦਾ, ਲਾਲ ਹਨੇਰੀ ਬਣ ਕੇ ਝੁੱਲੂ, ਦੁੱਲਿਆ ਖੂਨ ਜਵਾਨੀ ਦਾ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਦਸਮ ਪਿਤਾ ਦੀ ਬਖਸ਼ੀ ਹੋਈ ਫਤਿਹ ਬੁਲਾਈਏ ਜੀ। ਇੱਕ ਵਾਰੀ ਫਤਿਹ ਬੁਲਾਵਾਂਗੇ, 2 ਵਾਰੀ ਵਾਹਿਗੁਰੂ ਦਾ ਸਿਮਰਨ ਹੋਵੇਗਾ, ਤੇ ਸਿਮਰਨ ਕੋਈ ਭਾਗਾਂ ਵਾਲਾ ਮਨੁੱਖੀ ਕਰ ਸਕਦਾ ਹੈ। ਆਓ ਕੋਈ ਵਾਂਝਾ ਨਾ ਰਹੇ, ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਵੀਰ ਸੰਦੀਪ ਸਿੱਧੂ ਦੀ ਯਾਦ ਦੇ ਵਿੱਚ ਇਕੱਠੇ ਹੋਏ ਹਾਂ। ਉਹਨਾਂ ਦੀ ਸੋਚ, ਉਹਨਾਂ ਦਾ ਸੁਪਨਾ ਪੰਜਾਬ ਦੀ ਖੁਦ ਮੁਖਤਿਆਰੀ, ਕਿ ਪੰਜਾਬ ਦੇ ਹੱਕ, ਪੰਜਾਬ ਦੇ ਹਕੂਕ ਪੰਜਾਬ ਨੂੰ ਦਿੱਤੇ ਜਾਣ। ਕੁਝ ਸਮਾਂ ਪਹਿਲਾਂ
ਪੰਜਾਬੀਆਂ ਨੇ ਮੋਰਚਾ ਲਾਇਆ, ਨੋ ਫਾਰਮਰ ਨੋ ਫੂਡ, ਹਰ ਇੱਕ ਨੇ ਇਹ ਨਾਰਾ ਲਿਖਿਆ ਗੱਡੀਆਂ ਦੇ ਉੱਤੇ ਦੇਖਿਆ। ਦੀਪ ਸਿੱਧੂ ਦੀ ਇਹ ਸੋਚ ਸੀ ਕਿ ਜੇਕਰ ਹਿੰਦੁਸਤਾਨੀ ਸਰਕਾਰ ਨੇ ਇਹ ਕਾਨੂੰਨ ਬਣਾ ਕੇ ਸਾਡੇ ਉੱਤੇ ਮੜ ਦਿੱਤਾ ਹੈ, ਸਾਨੂੰ ਆਪਣਾ ਇੰਨਾ ਸਰਮਾਇਆ, ਆਪਣੀ ਇੰਨੀ ਐਨਰਜੀ ਇਸਨੂੰ ਰੱਦ ਕਰਵਾਉਣ ਦੇ ਲਈ ਲਗਾਉਣੀ ਪਈ, ਤੇ ਕਿਉਂ ਨਾ ਹੋਵੇ ਪੰਜਾਬ ਜੋ ਸਟੇਟ ਹੈ ਉਹ ਖੁਦ ਮੁਖਤਿਆਰ ਹੋਵੇ, ਸੈਂਟਰ ਦਾ ਕੋਈ ਵੀ ਬਣਾਇਆ ਹੋਇਆ ਕਾਨੂੰਨ ਪੰਜਾਬ ਦੇ ਉੱਤੇ ਚੱਲੇ ਹੀ ਨਾ। ਹੁਣੇ ਹੁਣੇ ਵੀਰ ਜੀ ਹੁਣੀ ਪੰਜਾਬ ਦੇ ਪਾਣੀਆਂ ਦੇ ਬਾਰੇ ਗੱਲ ਕਰਕੇ ਗਏ ਨੇ, ਪੰਜਾਬ ਦੇ ਪਾਣੀ, ਪੰਜਾਬ ਨੂੰ ਜਿਨ੍ਹਾਂ ਦੇ ਉੱਤੇ ਪੰਜਾਬ ਦਾ ਹੱਕ ਸੀ ਉਹ ਬਾਹਰਲੀਆਂ ਸਟੇਟਾਂ ਨੂੰ ਬਿਨਾਂ ਕਿਸੇ ਰਾਇਲਟੀ ਦੇ ਦਿੱਤੇ ਜਾ ਰਹੇ ਨੇ। ਪੰਜਾਬ ਦੇ ਉੱਤੇ ਜਿਹੜਾ ਸਿੱਖ ਨੌਜਵਾਨੀ ਦਾ ਘਾਣ ਕੀਤਾ ਗਿਆ ਉਸ ਦਾ ਕਰਜ਼ਾ ਕੇਂਦਰ ਦੇ ਵੱਲੋਂ ਥੋਪਿਆ ਗਿਆ। ਜੇਕਰ ਪੰਜਾਬ ਆਪਣਾ ਪਾਣੀ ਦਾ ਹੱਕ ਵਸੂਲੇ, ਉਸਦੀ ਰਾਇਲਟੀ ਵਸੂਲੇ, ਤਾਂ ਪੰਜਾਬ ਦੇ ਉੱਤੋਂ ਜਿਹੜਾ ਕਿ ਕੇਂਦਰ ਨੇ ਕਰਜ਼ਾ ਥੋਪਿਆ ਹੈ ਉਹ ਵੀ ਲੱਥ ਜਾਵੇ ਤੇ ਪੰਜਾਬ ਖੁਸ਼ਹਾਲ ਹੋਵੇ। ਇਸ ਤੋਂ ਇਲਾਵਾ ਜਿਹੜਾ ਕਿ ਦੀਪ ਸਿੱਧੂ ਅਕਸਰ ਕਹਿੰਦਾ ਸੀ ਕਿ ਜੇਕਰ ਪੰਜਾਬੀ ਆਪਣਾ ਮੰਡੀਕਰਨ, ਆਪਣੀਆਂ ਫਸਲਾਂ ਦਾ ਮੰਡੀਕਰਨ ਆਪਣੇ ਹਿਸਾਬ ਦੇ ਨਾਲ ਕਰਨ ਤਾਂ ਅਸੀਂ ਖੁਸ਼ਹਾਲ ਹੋਈਏ। ਪੰਜਾਬ ਦੇ ਉੱਤੇ ਹਰੀ ਕ੍ਰਾਂਤੀ ਥੋਪੀ ਗਈ ਜਿਸ ਨੇ ਸਾਡੀਆਂ ਜ਼ਮੀਨਾਂ ਬੰਜਰ ਬਣਾਈਆਂ। ਹੁਣ ਮੰਨ ਲਵੋ ਕਿ ਜੇਕਰ ਪੰਜਾਬ ਦਾ ਕਣਕ ਜਾਂ ਝੋਨਾ ਜਾਂ ਜੋ ਵੀ ਫਸਲ ਜਾਂ ਸਾਡੀਆਂ ਸਬਜ਼ੀਆਂ ਲਾਹੌਰ ਨੂੰ ਜਾਣ ਤਾਂ ਪੰਜਾਬ ਦਾ ਮੁੱਲ ਉਸਨੂੰ ਵਧੀਆ ਮਿਲੇ। ਹੁਣ ਕੀ ਹੁੰਦਾ ਹੈ, ਹੁਣ ਪੰਜਾਬ ਦੀਆਂ ਫਸਲਾਂ ਪਹਿਲਾਂ ਜਾਂਦੀਆਂ ਨੇ ਬੰਬੇ, ਬੰਬੇ ਟੂ ਕਰਾਂਚੀ, ਕਰਾਂਚੀ ਟੂ ਲਾਹੌਰ, ਤਾਂ ਕਿਉਂ ਨਾ ਹੋਵੇ ਪੰਜਾਬ ਰਸ਼ੀਆ ਤੱਕ ਪੰਜਾਬ ਦੇ ਟਰੱਕ ਘੂਕਦੇ ਜਾਣ ਤੇ ਪੰਜਾਬ ਖੁਸ਼ਹਾਲ ਹੋਵੇ, ਪੰਜਾਬ ਇੱਕ ਖੁਦ ਮੁਖਤਿਆਰ ਸੂਬਾ ਬਣੇ। ਗੱਲ ਇਕੱਲੇ ਪਾਣੀਆਂ ਜਾਂ ਫਸਲਾਂ ਦੀ ਨਹੀਂ, ਸਾਡੀ ਨਸਲਾਂ ਦੀ ਵੀ ਹੈ। ਦੀਪ ਸਿੱਧੂ ਅਕਸਰ ਇਹ ਗੱਲ ਕਿਹਾ ਕਰਦਾ ਸੀ ਕਿ ਗੱਲ ਸਾਡੀ ਹੋਣ ਦੀ ਹੈ, ਆਓ ਉਸਦੀ ਸੋਚ ਨੂੰ ਬਚਾਈਏ। ਉਸਦਾ ਜਿਹੜਾ ਸੁਪਨਾ ਸੀ ਕਿ ਪੰਜਾਬ ਨੂੰ ਮੈਂ ਖੁਦ ਮੁਖਤਿਆਰ ਵੇਖਣਾ ਚਾਹੁੰਦਾ ਹਾਂ, ਉਹ ਆਪਣੇ ਮਨਾਂ ਦੇ ਵਿੱਚ ਸੰਜੋਈਏ, ਇਹੀ ਸਾਡੀ ਸੱਚੀ ਸ਼ਰਧਾਂਜਲੀ ਹੋਵੇਗੀ। ਤੇ ਜ਼ਾਲਮ ਨੂੰ ਇੱਕ ਗੱਲ ਕਹਿਣਾ ਚਾਹੁੰਦੇ ਹਾਂ, ਜ਼ਾਲਮ ਰੋਜ਼ ਜੰਮਦੇ ਤਾਂ ਵੀ ਮੁੱਕ ਜਾਂਦੇ, ਸਿੰਘ ਰੋਜ਼ ਮਰਦੇ ਤਾਂ ਵੀ ਮੁੱਕਦੇ ਨਹੀਂ, ਬੜੇ ਕੌਮ ਨੇ ਜ਼ਖਮ ਗੰਭੀਰ ਖਾਧੇ, ਅਗਲੇ ਮਿਲੀ ਜਾਂਦੇ ਪਿਛਲੇ ਸੁੱਕਦੇ ਨਹੀਂ, ਲੱਗਦੇ ਸ਼ਹੀਦਾਂ ਦੀ ਯਾਦ ਵਿੱਚ ਰੋਜ਼ ਮੇਲੇ, ਲੋਕ ਪਾਪੀ ਦੀ ਕਬਰ ਤੇ ਥੁੱਕਦੇ ਵੀ ਨਹੀਂ, ਜ਼ਾਲਮ ਗੋਲੀਆਂ ਜੇ ਗਿਣ ਕੇ ਮਾਰਦਾ ਨਹੀਂ ਤੇ ਲਾਸ਼ਾਂ ਗਿਣ ਕੇ ਅਸੀਂ ਵੀ ਚੁੱਕਦੇ ਨਹੀਂ। ਸੋ ਇੰਨਾ ਕੁਝ ਕਹਿੰਦਾ ਹੋਇਆ ਖਿਮਤ ਦਾ ਜੱਜ ਖਾਨ। ਸੋ ਇੰਨਾ ਕੁਝ ਕਹਿੰਦਾ ਹੋਇਆ ਖਿਮਾ ਦਾ ਜੱਜ ਖਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਵਧੀਆ ਵੀਰ ਜੀ ਨੇ ਸਮੇਂ ਦੇ ਵਿੱਚ ਗੱਲ ਰੱਖੀ ਹੈ, ਬਹੁਤ ਹੀ ਗੁਰੂ ਸਾਹਿਬ ਨੂੰ ਸਿੱਖ ਸੁਰੱਕਸ਼ਣ। ਮੈਂ ਅਖੀਰ ਬੁਲਾਰੇ ਵੀਰ ਜਰਨੈਲ ਸਿੰਘ ਜੀ ਮੁੱਖ ਸੇਵਾਦਾਰ ਗੁਰਕਰ, ਉਹਨਾਂ ਨੂੰ ਬੇਨਤੀ ਕਰਨਾ ਕਿ ਉਹ ਹਾਜ਼ਰੀ ਭਰਨ, ਉਸ ਤੋਂ ਆਪਣਾ ਸਾਹਿਬ ਸਿੰਘ ਜੀ ਆਪਾਂ ਦੇਖ ਵਰਤੇਗੀ ਫਿਰ ਸਮਾਪਤੀ ਕਰ ਲਈ। ਆਪ ਦਾ ਬਹੁਤ ਧੰਨਵਾਦ, ਆਪ ਨੇ ਇੰਨੀ ਇਕਾਗਰਤਾ ਦੇ ਨਾਲ ਦੀਵਾਨ ਹਾਜ਼ਰੀ ਭਰ ਰਹੇ ਹੋ, ਆਪ ਦਾ ਜੋ ਪਿਆਰ ਹੈ ਉਹ ਪ੍ਰਤੀਕ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਵਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸੰਗਤ ਜੀ, ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਬੁਲਾਰਿਆਂ ਨੇ, ਅੱਜ ਤਕਰੀਬਨ ਸੁਬਾ ਦੇ ਦੀਵਾਨਾਂ ਤੋਂ ਆਪਾਂ ਸਾਡੇ ਵੀ ਭਾਈ ਸੰਦੀਪ ਸਿੰਘ ਜੀ, ਦੀਪ ਸਿੱਧੂ ਉਹਨਾਂ ਦੀ ਯਾਦ ਵਿੱਚ ਜਿਹੜਾ ਅੱਜ ਦੇ ਸਮਾਗਮ ਰੱਖੇ ਗਏ ਨੇ, ਆਪਾਂ ਹਾਜ਼ਰੀਆਂ ਭਰ ਰਹੇ ਹਾਂ। ਮੇਰੇ ਤੋਂ ਪਹਿਲੇ ਬੁਲਾਰਿਆਂ ਨੇ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਉਹਨਾਂ ਦੇ ਵੱਲੋਂ ਸਿੱਖ ਪੰਥ ਲਈ, ਕੌਮ ਲਈ, ਜੋ ਆਪਣੇ ਛੋਟੇ ਉਮਰ 37 ਸਾਲ ਦੀ ਜਿਹੜੀ ਉਹਨਾਂ ਦੀ ਉਮਰ ਦੇ ਵਿੱਚ ਜੋ ਪਿਛਲੇ ਤਕਰੀਬਨ 2 ਸਾਲ ਤੋਂ ਜੋ ਉਹਨਾਂ ਨੇ ਰੋਲ ਨਿਭਾਇਆ, ਜਿਸ ਤਰ੍ਹਾਂ ਆਪਾਂ ਇਹ ਕਹਿ ਸਕੀਏ ਵੀ ਜਿਸ ਤਰ੍ਹਾਂ ਆਪਣੀ ਨੌਜਵਾਨੀ ਇੱਕ ਤਰ੍ਹਾਂ ਨਾਲ ਇਸ ਤਰ੍ਹਾਂ ਕਿਸੇ ਲੀਡਰ ਦੀ ਭਾਲ ਦੇ ਵਿੱਚ ਸੀ, ਕਿਸੇ ਦੇ ਫੋਲੋ ਕਰਨ ਨੂੰ, ਕਿਸੇ ਨੂੰ ਗੱਲ ਸੁਣਨ ਦੇ ਲਈ ਸੀ, ਤੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਲਾਮਬੰਦ ਕੀਤਾ। ਗੱਲ ਕਿਸਾਨੀ ਸੰਘਰਸ਼ ਦੀ ਕਰੀਏ, ਕਿਸਾਨੀ ਸੰਘਰਸ਼ ਦੇ ਵਿੱਚ ਮੇਰੇ ਖਿਆਲ ਜਿਹੜਾ ਰੋਲ ਭਾਈ ਦੀਪ ਸਿੱਧੂ ਨੇ ਨਿਭਾਇਆ, ਮੇਰੇ ਖਿਆਲ ਲਈ ਕਿਸੇ ਹੋਰ ਵੀ ਸਰਚ ਨੇ ਇੰਨਾ ਨਿਭਾਇਆ, ਜਿਸ ਤਰ੍ਹਾਂ ਉਹਨਾਂ ਨੇ ਪੂਰੇ ਸਿੱਖੀ ਸਿਧਾਂਤਾਂ ਤੇ ਸਿੱਖੀ ਆਪਣੇ ਜੋ ਇਤਿਹਾਸ ਸੀ ਉਹਦੇ ਮੁਤਾਬਕ ਉਸਨੂੰ ਅੱਗੇ ਰੱਖਿਆ ਤੇ ਦੇਖਿਆ ਕਿ ਸਾਡੇ ਜੋ ਕਈਆਂ ਨੇ ਉਸਨੂੰ ਬਹੁਤ ਜ਼ਿਆਦਾ ਉਹਨਾਂ ਦੇ ਬਾਰੇ ਵੀ ਗਲਤ ਲਿਖਿਆ। ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਜਦੋਂ ਕੋਈ ਵੀ ਗੱਲ ਕਰਦਾ ਆ, ਜਿਹੜੀਆਂ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਗੱਲ ਕੀਤੀਆਂ, ਏਜੰਸੀਆਂ ਐਕਟਿਵ ਹੋ ਜਾਂਦੀਆਂ ਕਿ ਇਸ ਬੰਦੇ ਨੂੰ ਕਿਸੇ ਨਾ ਕਿਸੇ ਤਰ੍ਹਾਂ ਰੋਕਿਆ ਜਾਵੇ, ਕਿ ਇਹ ਕੋਈ ਐਸੀ ਗੱਲ ਕਰਕੇ ਦੁਬਾਰਾ ਕੌਮ
ਕੰਟਰੀਆਂ ਕਰਦੇ ਜਾਂ ਸਾਰਾ ਕੁਝ ਜਿਹੜਾ ਇਹ ਬਤਾਰਾ ਕੀਤਾ ਜਾਂਦਾ ਹੈ। ਮੈਂ ਪਿਛਲੇ 7 ਸਾਲ ਦੀ ਗੱਲ ਕਰਦਾ ਕਿਉਂਕਿ ਆਪਾਂ ਤਕਰੀਬਨ ਸਾਰਿਆਂ ਨੇ ਜਦੋਂ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਹੋਈ ਆ, ਉਸ ਤੋਂ ਬਾਅਦ ਜਿਹੜੇ ਪਿਛਲੇ 7 ਸਾਲਾਂ ਜਦੋਂ ਕੌਮ ਤੇ ਜਿਹੜੀਆਂ ਦੁਖਾਂਤ ਆਏ ਨੇ ਉਹਦੇ ਬਾਰੇ ਗੱਲ ਕਰਾਂਗਾ। ਅਠੱਠ ਸਰਬੱਤ ਖਾਲਸੇ ਵਿੱਚ ਵੀ ਬਹੁਤ ਵੱਡਾ ਹੋਇਆ ਸੀ 2015 ਦੇ ਵਿੱਚ, ਪਰ ਸਰਕਾਰੀ ਏਜੰਸੀਆਂ ਉਦੋਂ ਵੀ ਕਾਮਯਾਬ ਹੋ ਗਈਆਂ, ਸਾਡੀ ਕਿਸੇ ਨਾ ਕਿਸੇ ਤਰ੍ਹਾਂ ਤੋੜ ਕੇ ਦੁਬਾਰਾ ਫਿਰ ਜਿਹੜਾ ਜਿਹੜੇ ਕੋਈ ਅਗਵਾਈ ਨਹੀਂ ਕਰ ਸਕਿਆ। ਇਸੇ ਤਰ੍ਹਾਂ ਫਿਰ ਜਦੋਂ ਬਰਗਾੜੀ ਦਾ ਮੋਰਚਾ ਲੱਗਾ 2018 ਦੇ ਵਿੱਚ, ਉਦੋਂ ਵੀ ਇਕੱਠ ਬਹੁਤ ਵੱਡੇ ਹੋਏ ਸੀਗੇ ਸਾਡੇ, ਤੇ ਉਦੋਂ ਵੀ ਸਾਨੂੰ ਇਹ ਲੱਗ ਰਿਹਾ ਸੀਗਾ ਵੀ ਜਿਹੜੇ ਪੰਜਾਬ ਦਾ ਗੁਰਮੁਖਤਿਆਰੀ ਦਾ ਮੁੱਦਾ ਜਾਂ ਪੰਜਾਬ ਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਸਾਡੀਆਂ ਜੋੜਾਂ ਨੇ ਅਨੰਦਪੁਰ ਸਾਹਿਬ ਦਾ ਮਤੇ ਦੀ ਗੱਲ ਕਰ ਲਈਏ, ਉਹ ਸਾਰੀਆਂ ਲੱਗ ਰਿਹਾ ਸੀ ਵੀ ਹੁਣੇ ਹਾਲ ਹੋ ਸਕਦੇ ਨੇ, ਸਾਡੀ ਕੌਮ ਇਕੱਠੀ ਹੋ ਗਈ, ਸਾਡੀ ਲੀਡਰਸ਼ਿਪ ਇਕੱਠੀ ਹੋ ਗਈ। ਪਰ ਸਾਡੀ ਉਸ ਟਾਈਮ ਦੀ ਲੀਡਰਸ਼ਿਪ ਵੀ ਇਸ ਤਰ੍ਹਾਂ ਹੀ ਜਿਹੜੀ ਉਸ ਮੋਰਚੇ ਤੇ ਸੀ ਉਹ ਕੋਈ ਕਿੱਧਰ ਚਲਾ ਗਿਆ, ਉਹ ਕਿਸੇ ਆਪਣੇ ਪੋਲੀਟੀਕਲ ਜਿਹੜੇ ਉਹਨਾਂ ਨੇ ਇੰਟਰਸਟ ਪੂਰੇ ਰੱਖ ਦਿੱਤੇ। ਫਿਰ ਲੱਗਾ ਕਿਸਾਨੀ ਸੰਘਰਸ਼ ਦਾ ਮੋਰਚਾ। ਜਦੋਂ ਕਿਸਾਨੀ ਸੰਘਰਸ਼ ਦਾ ਮੋਰਚਾ ਲੱਗਾ ਉਦੋਂ ਵੀ ਅਗਵਾਈ ਹੋਈ ਤਾਂ ਰਿਹਾ ਸੀਗਾ, ਸੱਤਾ ਤਰ੍ਹਾਂ ਵੱਖਰੇ ਵੱਖਰੇ ਸਾਰੇ ਇਕੱਠੇ ਹੋ ਕੇ ਗੁਰੂ ਗ੍ਰੰਥ ਸਾਹਿਬ ਆਪਣੇ ਮੰਨ ਕੇ ਜਿਹੜੇ ਪੰਥਕ ਤੌਰ ਤੇ ਸਾਰੇ ਉੱਥੇ ਇਕੱਠੇ ਹੋਏ ਉਹ ਲੜਾਈ ਕਰ ਰਹੇ ਸੀ, ਪਰ ਉਹੀ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਬੈਠ ਫੁੱਟ ਤੇ ਕਰ ਦਿੱਤਾ ਵੀ ਸਾਡਾ ਮੋਰਚਾ ਖਰਾਬ ਕਰਨ ਆਏ ਨੇ, ਸਾਡਾ ਕਿਸਾਨਾਂ ਦਾ ਮੋਰਚਾ ਹੈ। ਜਦੋਂ ਉਹਨਾਂ ਨੂੰ ਪਿੱਛੇ ਕਰ ਦਿੱਤਾ ਗਿਆ ਤੇ ਭਾਈ ਦੀਪ ਸਿੰਘ ਸਿੱਧੂ ਉਹਨਾਂ ਦੇ ਵੀ ਬਹੁਤ ਐਜੂਕੇਸ਼ਨ ਲਾਏ ਗਏ, ਉਹਨਾਂ ਨੇ ਆਪਣੀਆਂ ਵੀਡੀਓ ਜੇ ਤੁਸੀਂ ਸੁਣ ਲਓ, ਉਹਨਾਂ ਨੂੰ ਕੋਈ ਪੰਜਾਬ ਦੀ ਜਿਹੜੀ ਪੋਲੀਟੀਕਲ ਪਾਰਟੀ ਉਹਨੇ ਆਫਰ ਕੀਤੀ ਇਲੈਕਸ਼ਨਾਂ ਦੇ ਲਈ, ਹਰੇਕ ਪਾਰਟੀ ਨੇ ਉਹਨਾਂ ਤੱਕ ਅਪਰੋਚ ਕੀਤੀ, ਪਰ ਉਹਨਾਂ ਨੇ ਬਿਲਕੁਲ ਵੀ ਇਲੈਕਸ਼ਨ ਦੇ ਲਈ ਬਿਲਕੁਲ ਆਪਣੇ ਜਿਹੜਾ ਸਟੈਂਡ ਸੀ ਉਹਨੂੰ ਦੇ ਰਹੇ। ਮੇਰਾ ਕਹਿਣ ਦਾ ਮਤਲਬ ਇਹ ਆ ਉਹਨਾਂ ਦੇ ਨਾਲ ਸੰਗਤ ਬਹੁਤ ਜੁੜ ਚੁੱਕੀ ਸੀਗੀ, ਉਹ ਜਦ ਕਿਸੇ ਵੀ ਸੀਟ ਪੰਜਾਬ ਦੀ ਸੀਟ ਤੋਂ ਇਲੈਕਸ਼ਨ ਲੜਦੇ ਉਹ ਬਹੁਤ ਵੱਡੇ ਮਾਰਜਨ ਨਾਲ ਇਲੈਕਸ਼ਨ ਜਿੱਤ ਸਕਦੇ ਸੀ, ਪਰ ਉਹਨਾਂ ਦਾ ਅਜਿਹਾ ਇਲੈਕਸ਼ਨ ਜਿੱਤਣਾ ਨਹੀਂ ਸੀਗਾ। ਉਹਨਾਂ ਦਾ ਸੀਗਾ ਵੀ ਜਿਹੜੇ ਸਾਡੇ ਖੁਦ ਮੁਖਤਿਆਰੀ ਦੇ ਇਸ਼ੂ ਆ ਉਹ ਕਿਸ ਤਰ੍ਹਾਂ ਲੜੇ ਜਾ ਸਕਦੇ, ਉਹਨਾਂ ਨੇ ਉਸ ਦੀ ਲੜਾਈ ਲੜੀ। ਕਹਿਣ ਦਾ ਮਤਲਬ ਹੈ ਕਿ ਆਪਾਂ ਸਾਰੇ ਉਦੋਂ ਬੇਸਰੀ ਹੋ ਗਏ ਕਿ ਨਹੀਂ ਇਸ ਤਰ੍ਹਾਂ ਕੰਮ ਚਲੇ ਜਾਣਾ, ਬੀਜੇਪੀ ਤੋਂ ਆਏ ਜਾਂ ਇਸ ਤਰ੍ਹਾਂ ਸਾਰੇ ਆਪਾਂ ਬਣਾਈਆਂ ਬਣਾ ਕੇ ਉਹਨਾਂ ਦੀ ਸਪੋਰਟਿੰਗ ਕੀਤੀ, ਪਰ ਉਹਨਾਂ ਨੇ ਦੇਖੋ ਇਹ ਜੋ ਮਰਜ਼ੀ ਏਜੰਸੀਆਂ ਸਰਕਾਰਾਂ ਜੋ ਮਰਜ਼ੀ ਕਹਿੰਦੇ ਸਾਡੇ ਲਈ ਤਾਂ ਉਹਨਾਂ ਦਾ ਜਿਹੜਾ ਉਹਨਾਂ ਨੂੰ ਕਤਲ ਕੀਤਾ ਗਿਆ ਹੈ, ਉਹਨਾਂ ਨੇ ਸ਼ਹਾਦਤ ਦਿੱਤੀ ਹੈ। ਕਿਉਂਕਿ ਕੋਈ ਜਿਸ ਤਰ੍ਹਾਂ ਆਪਾਂ ਉਹਨਾਂ ਦੀਆਂ ਵੀਡੀਓ ਦੇਖਦੇ ਹਾਂ ਜਿਸ ਤਰ੍ਹਾਂ ਉਹਨਾਂ ਦੀਆਂ ਗੱਡੀਆਂ ਚਲਾਉਂਦੇ ਰਹੇ ਆ, ਵੀ ਕੋਈ ਇਹ ਜਿਹੜਾ ਐਕਸੀਡੈਂਟ ਹੈ ਪੂਰਾ ਪਲੈਨ ਸੀ, ਇਹ ਆਉਣ ਵਾਲੇ ਟਾਈਮ ਦੇ ਵਿੱਚ ਜ਼ਰੂਰ ਤੋਂ ਵੀ ਨੁਕਸਾਨ ਵੀ ਉਹਦੇ ਆਪਾਂ ਨੂੰ ਆਉਣ ਵਾਲੇ ਟਾਈਮ 'ਚ ਪਤਾ ਲੱਗਦਾ ਰਹਿਣਾ। ਪਰ ਇਸ ਤੋਂ ਇਹ ਗੱਲ ਜ਼ਰੂਰ ਆਪਾਂ ਨੂੰ ਸੋਚਣੀ ਪਏਗੀ ਕਿ ਆਪਾਂ ਉਹਨਾਂ ਵੱਲੋਂ ਜਿਹੜਾ ਸਾਨੂੰ ਇਕੱਠਾ ਕੀਤਾ ਗਿਆ ਉਹਨਾਂ ਦੀਆਂ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਵਿਚਾਰਾਂ ਕੀਤੀਆਂ ਗਈਆਂ ਆਪਾਂ ਨੂੰ ਉਹਨਾਂ 'ਤੇ ਪਹਿਰਾ ਦੇਣਾ ਬਹੁਤ ਜ਼ਰੂਰੀ ਹੈ। ਮੈਂ ਇੱਕ ਗੱਲ ਕਰਦਾ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਵਰਗੇ ਜਿਹੜੇ ਪਿਛਲੇ 40 ਸਾਲ ਤੋਂ ਸੰਘਰਸ਼ ਕਰ ਰਹੇ ਨੇ, ਜਿਹਨਾਂ ਨੇ ਕਦੇ ਵੀ ਕਿਸੇ ਤਰੀਕੇ ਦਾ ਸਮਝੌਤਾ ਨਹੀਂ ਕੀਤਾ, ਜੇ ਉਹ ਲੀਡਰ ਇਹ ਗੱਲ ਕਹਿਣੀ ਪੈ ਜਾਏ ਵੀ ਮੈਨੂੰ ਸਿੱਖ ਵੋਟ ਨਹੀਂ ਪਾਉਂਦੇ ਮੇਰੀਆਂ ਜ਼ਮਾਨਤਾਂ ਜ਼ਬਤ ਕਰਾ ਦਿੰਦੇ ਨੇ, ਇਹ ਗੱਲ ਦੇ ਬਾਰੇ ਬਹੁਤ ਆਪਾਂ ਨੂੰ ਬਰੀਕੀ ਨਾਲ ਸੋਚਣਾ ਪੈਂਦਾ। ਦੂਸਰੀ ਕਮਿੰਟ ਆਪਾਂ ਦੂਸਰੇ ਤੋਂ ਤਾਂ ਆਸ ਲਾ ਸਕਦੇ ਹਾਂ ਵੀ ਸਾਡੇ ਸਿੱਖ ਆਗੂ ਨੂੰ ਵੋਟ ਨਹੀਂ ਪਾਉਣਗੇ, ਪਰ ਜੇ ਉਸ ਆਗੂ ਦੇ ਮੂੰਹ ਤੋਂ ਗੱਲ ਨਿਕਲਣੀ ਕਿ ਮੈਨੂੰ ਪਿਛਲੇ 3 ਇਲੈਕਸ਼ਨਾਂ 'ਚ ਮੇਰੀਆਂ ਜ਼ਮਾਨਤਾਂ ਜ਼ਬਤ ਕਰਾ ਦਿੱਤੀਆਂ ਗਈਆਂ ਵੀ ਸਿੱਖ ਮੈਨੂੰ ਵੋਟ ਨਹੀਂ ਪਾਉਂਦੇ, ਉਹਨਾਂ ਦੇ ਲਈ ਸਰਦਾਰ ਦੀਪ ਸਿੰਘ ਸਿੱਧੂ ਨੇ ਹਾਦਾ ਨਾਰਾ ਮਾਰਿਆ। ਆਪਾਂ ਦੇਖਿਆ ਜਿਸ ਦਿਨ ਤੋਂ ਪ੍ਰਚਾਰ ਕਰ ਰਹੇ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਪੱਖ ਵੀ ਬਹੁਤ ਵੱਡੇ ਹੋਏ ਤੇ ਅਸੀਂ ਅਰਦਾਸ ਵੀ ਕਰਦੇ ਹਾਂ। ਮੈਂ ਇਹ ਗੱਲ ਤਾਂ ਕਹਿੰਦਾ, ਮੇਰੇ ਤੋਂ ਪਹਿਲਾਂ ਰੋਮੀ ਵੀਰ ਜੀ ਨੇ ਕਿਹਾ ਵੀ ਆਪਾਂ ਪੋਲੀਟੀਕਲ ਗੱਲ ਨਹੀਂ ਕਰਨੀ, ਪਰ ਮੈਂ ਇਹ ਕਹਿੰਦਾ ਕਿ ਸਰਦਾਰ ਦੀਪ ਸਿੰਘ ਸਿੱਧੂ ਦਾ ਜਿਹੜਾ ਆਖਰੀ ਟਾਈਮ ਜਿਹੜਾ ਉਹਨਾਂ ਨੇ ਪ੍ਰਚਾਰ ਕੀਤਾ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਲਈ ਕੀਤਾ, ਸੋ ਮੈਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਦਾ ਕਿ ਜਿਹੜੀਆਂ ਅੱਜ ਬੋਲਤਾਂ ਪੈ ਰਹੀਆਂ ਸਾਡਾ ਖਾਲਸਾ ਪੰਥ ਇਸ ਤੋਂ ਸੇਧ ਲੈ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਧ ਤੋਂ ਵੱਧ ਵੋਟਾਂ ਨਾਲ ਇਸ ਇਲੈਕਸ਼ਨ 'ਚ ਜਿਹੜਾ ਪੰਜਾਬ ਵਿਧਾਨ ਸਭਾ 'ਚ ਭੇਜਣਗੇ, ਇਹ ਮੈਂ ਇਸ ਕਰਕੇ ਬੇਨਤੀ ਕਰ ਰਿਹਾ। ਦੂਸਰੀ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਕਿ ਕੱਲ੍ਹ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਸੀ ਮੇਰੇ ਕੋਲ ਆਈ, ਕਿਸੇ ਸਮਾਗਮ ਦੇ ਵਿੱਚ ਦੀਪ ਸਿੰਘ ਉਹਨਾਂ ਦੀ ਯਾਦ 'ਚ ਸਮਾਗਮ ਰੱਖਿਆ ਹੋਇਆ ਸੀ ਤੇ ਉੱਥੇ ਗੱਲ ਜਿਹੜੀ ਦੀਪ ਸਿੰਘ ਨੂੰ ਉਹਨਾਂ ਨੇ ਆਖਰੀ ਦਿਨ ਗੱਲ ਕੀਤੀ ਉਹਦੀ ਆਈਡੀਓਲੋਜੀ ਦੇ ਉਲਟ ਗੱਲ ਕੀਤੀ ਅਤੇ ਕਿਸੇ ਹੋਰ ਪਾਰਟੀ ਨੂੰ ਉੱਥੇ ਪ੍ਰਚਾਰ ਕੀਤਾ ਗਿਆ। ਮੈਂ ਇਹ ਬੇਨਤੀ ਕਰਦਾ ਕਿ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਜੋ ਉਹਨਾਂ ਦੀਆਂ ਵਿਚਾਰਧਾਰਾ ਸਾਰੀਆਂ ਵੀਡੀਓ ਜੋ ਗੱਲਾਂ ਬਾਤਾਂ ਉਹਨਾਂ ਨੇ ਪਿਛਲੇ 2 ਸਾਲਾਂ ਦੇ ਵਿੱਚ ਕੀਤੀਆਂ ਨੇ ਸਾਰਾ ਕੁਛ ਅਵੇਲੇਬਲ ਆ,
ਅਸੀਂ ਵੀ ਕੋਸ਼ਿਸ਼ ਕਰਾਂਗੇ, ਸਾਡੀ ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਰਿਕਾਰਡ ਕਰਕੇ ਪ੍ਰੋਪਰ, ਜਿਹੜਾ ਉਹਨਾਂ ਦਾ ਜਿਹੜਾ ਜੋ ਵੀ ਲੈਕਚਰਸ ਹੈਗੇ ਆ ਜੋ ਉਹਨਾਂ ਦੇ ਬਾਰੇ ਸਾਰਾ ਆਪਾਂ ਰਿਕਾਰਡ ਰੱਖਾਂਗੇ। ਮੇਰੇ ਤੋਂ ਪਹਿਲਾਂ ਸੁਖਬੀਰ ਸਿੰਘ ਉਹਨਾਂ ਨੇ ਬੇਨਤੀ ਕੀਤੀ ਸੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਕਿ ਜਿਹੜਾ ਅੱਜ ਹੁਕਮਨਾਮਾ ਆਇਆ ਵੀ ਆਪਾਂ ਉਹਨੂੰ ਪ੍ਰੋਪਰ ਫਰੇਮ ਕਰਕੇ ਲਾਇਬ੍ਰੇਰੀ ਚ ਲਾਇਆ ਜਾਵੇ। ਸੋ ਦੇਖੋ ਇੱਕ ਗੱਲ ਬੜਾ ਵਧੀਆ ਉਹਨਾਂ ਦਾ ਸੁਝਾਇਆ ਤੇ ਅਸੀਂ ਹਮੇਸ਼ਾ ਹੀ ਇਹੋ ਜਿਹਾ ਸੁਝਾਅ ਜੋ ਸੰਗਤ ਤੋਂ ਆਉਂਦੇ ਨੇ ਆਪਾਂ ਉਹਨਾਂ ਦੇ ਲਈ ਤਿਆਰ ਰਹਿੰਦੇ ਕਿਉਂਕਿ ਇਹ ਸਾਰਾ ਸੰਗਤ ਵੱਲੋਂ ਹੀ ਕੀਤਾ ਜਾਂਦਾ ਪ੍ਰਬੰਧ। ਅੱਜ ਦੇ ਸਮੁੱਚੇ ਸਮਾਗਮ ਦਾ ਇੱਕ ਪ੍ਰੋਪਰ ਅਸੀਂ ਡਾਕੂਮੈਂਟ ਬਣਾ ਕੇ ਉਸ ਨੂੰ ਲਾਇਬ੍ਰੇਰੀ ਚ ਲਾਵਾਂਗੇ ਤੇ ਜਿਸ ਤਰ੍ਹਾਂ ਵੀ ਜੋ ਵੀ ਅੱਜ ਦਾ ਸਮਾਗਮ ਵੀ ਜੋ ਪੰਥਕ ਸਿੱਖ ਜਥੇਬੰਦੀਆਂ ਦੀ ਕੌਲ ਸੀ ਉਹਦੇ ਮੁਤਾਬਕ ਅੱਜ ਆਸਟ੍ਰੇਲੀਆ ਦੇ ਸਾਰੇ ਗੁਰੂ ਘਰਾਂ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਸੀ। ਜੋ ਵੀ ਪ੍ਰੋਗਰਾਮ ਸਾਡੀਆਂ ਜਥੇਬੰਦੀਆਂ ਪੰਥਕ ਜਥੇਬੰਦੀਆਂ ਆਸਟ੍ਰੇਲੀਆ ਦੀਆਂ ਲੈ ਲਓ ਜਾਂ ਇੰਡੀਆ ਦੀਆਂ ਲੈ ਲਓ, ਜੋ ਵੀ ਸਾਨੂੰ ਅਗਲੇ ਪ੍ਰੋਗਰਾਮਾਂ ਲਈ ਵੀ ਜੋ ਕੌਲ ਆਊਗੀ ਆਪਾਂ ਉਹਦੇ ਮੁਤਾਬਕ ਇਹ ਪ੍ਰੋਗਰਾਮ ਰੱਖਾਂਗੇ। ਤੇ ਇੱਕ ਵਾਰੀ ਫਿਰ ਮੈਂ ਆਪ ਸਭ ਸੰਗਤ ਦਾ ਧੰਨਵਾਦ ਕਰਦਾ ਜੋ ਆਪ ਜੀ ਨੇ ਛੋਟੇ ਜਿਹੇ ਮੈਸੇਜ ਤੇ ਅੱਜ ਦੇ ਸਮਾਗਮ ਦੇ ਵਿੱਚ ਹਾਜ਼ਰੀ ਭਰੀ ਤੇ ਆਪਣੇ ਦਰਦ ਜਿਹੜਾ ਤੁਹਾਡੇ ਸੀਗਾ ਭਾਈ ਦੀਪ ਸਿੰਘ ਸਿੱਧੂ ਉਹਨਾਂ ਦੀ ਸ਼ਹਾਦਤ ਤੇ ਉਹਨਾਂ ਤੋਂ ਤੁਸੀਂ ਆਪ ਸਭ ਇੱਥੇ ਹਾਜ਼ਰੀਆਂ ਭਰੀਆਂ ਨੇ, ਆਪ ਸਭ ਦਾ ਧੰਨਵਾਦ। ਤੇ ਇੱਕ ਵਾਰੀ ਫਿਰ ਮੈਂ ਪ੍ਰਬੰਧਕ ਕਮੇਟੀ ਵੱਲੋਂ ਮਾਫ਼ੀ ਮੰਗਦਾ ਕਿਉਂਕਿ ਕੋਵਿਡ ਦੀਆਂ ਜਿਹੜੀਆਂ ਰਿਸਟ੍ਰਿਕਸ਼ਨ ਦੇ ਕਰਕੇ ਅੱਜ ਅਸੀਂ ਲੰਗਰ ਦਾ ਪ੍ਰਬੰਧ ਨਹੀਂ ਕਰ ਸਕੇ, ਪਰ ਅਸੀਂ ਜਿਹੜਾ ਫਰੂਟਸ ਤੇ ਸ਼ਬੀਰ ਦਾ ਜਿਹੜਾ ਆਊਟਸਾਈਡ ਦਾ ਪ੍ਰਬੰਧ ਕੀਤਾ ਆਪ ਜੀ ਨੇ ਦੇਖ ਲੈਣ ਤੋਂ ਬਾਅਦ ਮੈਂ ਜ਼ਰੂਰ ਲੈ ਕੇ ਜਾਣਾ ਜੀ। ਇੱਕ ਵਾਰ ਫਿਰ ਆਪ ਸਭ ਦਾ ਧੰਨਵਾਦ ਤੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਜਿਸ ਫਲਸਫੇ ਨਾਲ ਭਾਈ ਦੀਪ ਸਿੰਘ ਸਿੱਧੂ ਹੋਣੀ ਚੱਲੇ ਨੇ ਉਹਨਾਂ ਚ ਉਹਨਾਂ ਨੂੰ ਕਾਮਯਾਬੀ ਮਿਲੇ ਤੇ ਆਪ ਸਾਨੂੰ ਸਾਰਿਆਂ ਨੂੰ ਉਹਨਾਂ ਦਾ ਭਾਣਾ ਮੰਨੇ ਤੇ ਉਹਨਾਂ ਦੀ ਜਿਹੜੀਆਂ ਦੱਸੀਆਂ ਹੋਈਆਂ ਗੱਲਾਂ ਤੇ ਅਸੀਂ ਸਾਰੇ ਇਕੱਠੇ ਹੋ ਕੇ ਇੱਕਜੁੱਟ ਹੋ ਕੇ ਚੱਲੀਏ ਜੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਸਾਰੇ ਪੁਰਾਣਿਆਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਜੋ ਮਨ ਮੰਦਿਰ ਮਨ ਦੇ ਵਲਵਲੇ ਸਾਨੂੰ ਸਾਂਝੇ ਕੀਤੇ, ਗੁਰੂ ਸਾਹਿਬ ਆਪ ਸਾਰੀ ਸੰਗਤ ਨੂੰ ਅਸੀਸ ਬਖਸ਼ਣ ਜੀ। ਸਤ ਸੰਗਤ ਜੀ, ਕੁਛ ਦੋ ਚਾਰ ਬੇਨਤੀਆਂ ਹਨ, ਕਿਉਂਕਿ ਸੰਗਤ ਦੋਰੋ ਕੁਸ਼ਚਨ ਆਉਂਦੇ ਹਨ ਉਹਨਾਂ ਦਾ ਸੰਗਤੀ ਰੂਪ ਦੇ ਵਿੱਚ ਜਵਾਬ ਦਿੱਤਾ ਜਾਵੇ ਤਾਂ ਵਧੀਆ ਹੈ। ਇੱਕ ਤੇ ਸਾਥ ਜੀ ਕੁਸ਼ਚਨ ਬਹੁਤ ਆਉਂਦਾ ਹੈ ਕਿ ਕੀ ਗੁਰਘਰ ਖੁੱਲਾ ਹੈ। ਸਤ ਸੰਗਤ ਜੀ, ਗੁਰਘਰ ਖੁੱਲਾ ਹੈ ਸੰਗਤ ਵਾਸਤੇ। ਜਿਹੜੀ ਵੀ ਸੰਗਤ ਆਉਂਦੀ ਹੈ ਉਹਦਾ ਮਾਸਕ ਪਾਇਆ ਹੋਣਾ ਬਹੁਤ ਜ਼ਰੂਰੀ ਹੈ, ਤੁਹਾਡੀ ਵੈਕਸੀਨੇਸ਼ਨ ਹੋਣੀ ਬਹੁਤ ਜ਼ਰੂਰੀ ਹੈ, ਤੇ ਤੀਸਰਾ ਜੋ ਤੁਸੀਂ ਐਂਟਰ ਕਰਨਾ ਤੇ ਜਿਹੜਾ ਸਕੈਨ ਹੈ ਕੋਡ ਹੈ ਉਹ ਸਕੈਨ ਕਰਨਾ, ਜੇ ਨਹੀਂ ਕੋਈ ਬਜ਼ੁਰਗ ਹੈ ਤੁਸੀਂ ਆਪਣਾ ਨਾਮ ਲਿਸਟ ਤੇ ਐਂਟਰ ਕਰਨਾ ਹੈ। ਫਿਰ ਕੁਸ਼ਚਨ ਆਉਂਦਾ ਹੈ ਕਿ ਜੋ ਦੀਵਾਨ ਹਨ ਉਹ ਉਹ ਦੀਵਾਨ ਆਮ ਚੱਲਦੇ ਹਨ, ਜੋ ਸਵੇਰੇ ਤੇ ਸ਼ਾਮ ਦੀ ਸੇਵਾ ਉਦਾਂ ਹੀ ਹੁੰਦੀ ਹੈ, ਤੇ ਜੋ ਸੰਡੇ ਹੈ ਸੰਡੇ ਸਵੇਰੇ 7 ਤੋਂ ਲੈ ਕੇ 9 ਵਜੇ ਤੱਕ ਆਸਦੀ ਵਾਲੇ ਦੀਵਾਨ ਚੱਲਦੇ ਹਨ, ਉਸ ਤੋਂ ਉਪਰੰਤ ਜੋ 1 ਘੰਟਾ ਕੀਰਤਨ ਹੁੰਦਾ ਹੈ। ਜਦੋਂ ਤੱਕ ਇਹ ਜੋ ਕੋਵਿਡ ਦੀਆਂ ਜੋ ਲਿਮਿਟੇਸ਼ਨ ਸਨ ਉਹ ਕਾਇਮ ਹਨ, ਅਸੀਂ ਏਦਾਂ ਹੀ ਦੀਵਾਨ ਚੱਲਦਾ ਰਹੇਗਾ। ਸੋ ਇਹ ਸੀਗਾ ਜੋ ਪ੍ਰੋਗਰਾਮ ਜੋ ਰੈਗੂਲਰ ਹੁੰਦਾ ਹੈ ਉਹਦੀ ਬੇਨਤੀ ਹੈ। ਦੂਸਰੀ ਸਤਿ ਸੰਗਤ ਜੀ ਜੋ ਬੇਨਤੀ ਹੈ ਉਹ ਪੰਜਾਬੀ ਸਕੂਲ ਬਾਰੇ ਸੀਗੀ। ਪੰਜਾਬੀ ਸਕੂਲ ਬਾਰੇ ਪਿਛਲੇ ਹਫ਼ਤੇ ਮੈਂ ਸਮਝ ਪਾਈ ਸੀਗੀ ਆਪਣੇ ਕੋਲ ਸਿਰਫ 1 ਹਫ਼ਤਾ ਹੋ ਰਿਹਾ ਹੈ ਜੋ ਆਨਲਾਈਨ ਇਨਰੋਲਮੈਂਟ ਕਰਨੀਆਂ ਹਨ, ਉਹਦੇ ਵਾਸਤੇ ਪਿਛਲੇ ਪਾਸੇ ਮੈਂ ਸਕਰੀਨ ਤੇ ਪ੍ਰੋਜੈਕਟ ਹੋ ਰਿਹਾ ਹੈ, ਤੁਸੀਂ ਫੋਟੋ ਖਿੱਚ ਸਕਦੇ ਹੋ, ਉਹਦੇ ਵਿੱਚ ਲਿੰਕ ਦਿੱਤਾ ਹੋਇਆ, ਤੁਸੀਂ ਉੱਥੇ ਜਾ ਕੇ ਆਪਣੇ ਬੱਚਿਆਂ ਦੀ ਪੰਜਾਬੀ ਦੀ, ਜਿਹੜੇ ਬੱਚੇ ਆਲਰੇਡੀ ਪੜ੍ਹ ਰਹੇ ਹਨ ਸਕੂਲ ਦੇ ਵਿੱਚ ਗੁਰਘਰ ਦੇ ਪੰਜਾਬੀ ਸਕੂਲ ਦੇ ਵਿੱਚ, ਉਹ ਵੀ ਕਰਨਗੇ, ਜਿਹੜੇ ਨਵੇਂ ਬੱਚੇ ਹਨ ਉਹ ਵੀ ਕਰ ਸਕਦੇ ਹਨ। ਬੱਚਾ ਤੁਹਾਡਾ 4 ਸਾਲ ਤੋਂ ਉੱਪਰ ਦਾ ਚਾਹੀਦਾ ਹੈ, ਪਰ ਜੇ ਕਿਸੇ ਨੂੰ ਕੁਸ਼ਚਨ ਹੈ ਵੈਬਸਾਈਟ ਤੇ ਸਾਰੇ ਕੁਸ਼ਚਨ ਦੇ ਆਸਰ ਹਨ, ਤੁਸੀਂ ਮੈਨੂੰ ਸੰਪਰਕ ਵੀ ਕਰ ਸਕਦੇ ਹੋ। ਤੇ ਬਾਕੀ ਭਾਈ ਸਾਹਿਬ ਦੱਸ ਦਿੱਤਾ ਹੈ ਕਿ ਬਾਹਰਲੇ ਪਾਸੇ ਛਬੀਰ ਤੇ ਫੂਟ ਲੱਗੇ ਹਨ ਸਾਰੀ ਸੰਗਤ ਨੇ, ਕਿਉਂਕਿ ਸਮਾਂ ਕਾਫੀ ਹੋ ਚੁੱਕਿਆ ਹੈ ਪ੍ਰੋਗਰਾਮ ਤੇ 11 ਵਜੇ ਸਵਾ 11 ਸਮਾਪਤੀ ਦਾ ਸੀਗਾ, ਆਪਾਂ ਲਗਭਗ ਘੰਟਾ ਉੱਪਰ ਹੋ ਗਏ ਹਨ। ਸੋ ਸਾਰੀ ਸੰਗਤ ਨੇ ਫਰੂਟ ਲੈ ਕੇ ਜਲ ਪਾਣੀ ਛੱਕ ਕੇ ਫਿਰ ਜਾਣਾ ਹੈ, ਸਾਰੀ ਸੰਗਤ ਨੇ ਜੋ ਦੇਖ ਵਰਤ ਰਹੀ ਹੈ ਆਪਣੇ ਆਨੰਦ ਨਾਲ ਬਹਿ ਕੇ ਦੇਖ ਛੱਕ ਕੇ ਉਸ ਤੋਂ ਬਾਅਦ ਜਾਣਾ ਹੈ। ਜੇ ਕਿਸੇ ਨੂੰ ਕੋਈ ਵੀ ਕੁਐਸਚਨ ਹੈ ਉਹ ਪੁੱਛ ਸਕਦੇ ਹੋ। ਅਖੀਰੀ ਬੇਨਤੀ, ਜੋ ਕੋਵਿਡ ਦੇ ਬੂਸਟਰ ਸ਼ਾਟ ਹਨ ਉਹ ਮੇਰੇ ਖੱਬੇ ਹੱਥ ਉਹ ਲੱਗ ਰਹੇ ਹਨ, ਕਾਫੀ ਸੰਗਤ ਨੇ ਜੋ ਸੈਕਿੰਡ ਡੋਜ਼ ਉਹ ਲੈ ਚੁੱਕੀ ਹੈ, ਪਰ ਥਰਡ ਡੋਜ਼ ਜੇ ਕਿਸੇ ਨੇ ਲੈਣੀ ਹੈ, ਬੂਸਟਰ ਡੋਜ਼ ਲੈਣੀ ਹੈ, ਉਹ ਆਪਣੇ ਬਾਹਰਲੇ ਪਾਸੇ ਤੁਸੀਂ ਉਹ ਲੈ ਸਕਦੇ ਹੋ। ਬਹੁਤ ਹੀ ਵਧੀਆ ਇੰਤਜ਼ਾਮ ਹੈ, ਕਿਸੇ ਨੇ ਘਾੜ ਨਹੀਂ ਕਰਨੀ। ਅਖੀਰੀ ਬੇਨਤੀ ਸਤਿ ਸੰਗਤ ਜੀ, ਕਿਉਂਕਿ ਸੰਗਤ ਦਿਨੋ ਦਿਨ ਵੱਧ ਰਹੀ ਹੈ ਤੇ 3 ਮਾਰਚ ਤੋਂ ਜੋ ਬਾਰਡਰ ਖੁੱਲ ਜਾਣੇ ਹਨ, ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੀ ਸੰਗਤ ਕਿ ਤੁਸੀਂ ਸਾਰਿਆਂ ਨੇ ਆਪਣੇ ਫੋਨ ਦੇ ਵਿੱਚ ਸੇਫ ਡਬਲਯੂ ਐਪ ਜਾਂ ਸਰਵਿਸ ਡਬਲਯੂ ਐਪ ਦੇ ਰਾਹੀਂ ਆਪਣੇ ਫੋਨ ਦੇ ਵਿੱਚ ਜੋ ਵੈਕਸੀਨੇਸ਼ਨ ਹੈ ਉਹ ਤੁਸੀਂ ਲੋਡ ਕਰ ਲੈਣੀ ਹੈ ਤਾਂ ਜੋ ਚੈੱਕ ਕੀਤੀ ਜਾ ਸਕੇ। ਸੋ ਭੁੱਲਾਂ ਦੇ ਖਿਮਾ, ਬਹੁਤ ਬਹੁਤ ਆਪ ਦਾ ਸ਼ੁਕਰਾਨਾ, ਗੁਰੂ ਸਾਹਿਬ ਦਾ ਬਹੁਤ ਬਹੁਤ ਸ਼ੁਕਰਾਨਾ, ਭੁੱਲਾਂ ਦੇ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।